गल उन्हां नाल एक राजनीतिक लड़ाई है साड़ी, उन्हां दी राजनीति नूं समझो ते राजनीति नूं पछाणो। वो राजनीति की है कि सेंटर नाल कलैबरेट करके जिहनूं असीं सूबेदारी दी राजनीति ते उन्हां दे हेठां लग के इत्थे राज करना। उस राजनीति की लोड़ है भी जिहड़ा फिर तुहाडे तो दूजा कोई रुझान उठदा जिहड़ा आजादी की गल करता है जिहड़ा उस स्टेट नाल रल के नहीं चलना चाहुंदा वो थोड़े वास्ते भी खतरा उस स्टेट वास्ते भी खतरा। इतों आके दोहां दे इंटरैसट जुड़ जाते हैं। सो अकाली केंद्र सरकार नाल कोलैबरेट करके चल रहे सी, पर कोलैबरेट करन दा मतलब यह नहीं भी इन्हां ने कहा होवे आओ जी हुण हमला करो। मैं कहना इन्हां ने कहा भी होवे इहदा मतलब सानूं यार स्टेट दी फंक्शनिंग दी संबंध पता ही नहीं। इंडियन स्टेट जदों कोई फैसला करो एडा वड्डा ਉਹ ਅਕਾਲੀਆਂ ਦੇ ਕਹੇ ਤੋਂ ਥੋੜ੍ਹਾ ਕਰੋ। ਤੁਹਾਡੇ ਕਿਸੇ ਗੱਲ ਦਾ ਸੈਂਟਰ ਨੂੰ ਫਾਇਦਾ ਹੋ ਸਕਦਾ ਪਰ ਇਹ ਤੋਂ ਆਟੋਮੈਟਿਕਲੀ ਇਹ ਨਿਕਲ ਜੇ ਵੀ ਇਹ ਤਾਂ ਫਿਰ ਸੈਂਟਰ ਦਾ ਬੰਦ। ਇਸ ਤਰ੍ਹਾਂ ਇਹ ਇਹਨੂੰ ਕਹਿੰਦੇ ਨੇ ਇੱਕ ਲੌਜੀਕਲੀ ਐਕਸਟੈਂਡ ਕਰਕੇ ਨਾ ਗੱਲ ਨੂੰ ਵਧਾ ਕੇ ਉੱਤੇ ਦੋਸ਼ ਲਾਉਣਾ। ਮੇਰਾ ਨੁਕਤਾ ਇਹ ਸੀ ਵੀ ਜਿਹੜੀ ਇਹ ਟੈਂਡੈਂਸੀ ਹੈ ਜਿਹੜੀ ਜਦੋਂ ਇਹ ਪੈ ਜੂਗੀ ਤਾਂ ਤੁਹਾਡੀ ਕੌਮ ਦੇ ਵਿੱਚ ਏਕਤਾ ਨਹੀਂ ਰਹਿ ਸਕਦੀ। ਤੁਹਾਡਾ ਸਭ ਕੁਛ ਆਪਸੀ ਬੇਵਿਸ਼ਵਾਸੀ ਸ਼ੱਕ ਇੱਕ ਦੂਜੇ ਬਾਰੇ ਐਗਜੈਕਟਲੀ ਉਹ ਹਾਲਤ ਪੈਦਾ ਕਰਤੀ। ਅੱਜ ਤੁਸੀਂ ਦੇਖੋ ਨਾ ਵੀ ਜਣਾ ਉਹ ਉਹਨੂੰ ਕਹਿ ਰਿਹਾ ਵੀ ਏਜੰਸੀਆਂ ਦਾ ਬੰਦਾ ਉਹ ਉਹਨੂੰ ਕਹਿ ਰਿਹਾ, ਹਰ ਕੋਈ ਇੱਕ ਦੂਜੇ ਬਾਰੇ ਸ਼ੱਕੀ ਹੈ। ਸੋ ਇਹ ਜਿਹੜਾ ਹੈਗਾ ਨਾ ਵੀ ਝੂਠ ਆਸਰੇ ਤੁਸੀਂ ਕਹੋਗੇ ਅਸੀਂ ਕੁਛ ਹਾਸਲ ਕਰ ਲਾਂਗੇ, ਇਹ ਸੈਲਫ ਡਿਸਟਰਕਸ਼ਨ ਦਾ ਰਾਹ। ਤੁਸੀਂ ਆਪ ਵੀ ਤਬਾਹ ਹੋ ਗਏ, ਬੰਦੇ ਹੋ ਰਹੇ ਜਿਹੜੇ ਬੰਦੇ ਇਸ ਤਰ੍ਹਾਂ ਦਾ ਝੂਠ ਬੋਲਣਗੇ ਦੂਜੇ ਦਾ ਨਹੀਂ ਨੁਕਸਾਨ, ਦੂਜੇ ਨੂੰ ਵਕਤੀ ਤੌਰ 'ਤੇ ਪ੍ਰੋਬਲਮ ਖੜੀ ਕਰ ਦੇਣਗੇ। ਸੋ ਮੇਰਾ ਜਿਹੜਾ ਉਹ ਗੱਲ ਸੀ ਚਿੱਠੀਆਂ ਵਾਲੀ ਗੱਲ 'ਤੇ ਕੋਈ ਅਕਾਲੀਆਂ ਨੂੰ ਬਰੀ ਕਰਨ ਦੀ ਜਾਂ ਦੋਸ਼ ਮੁਕਤ ਕਰਨ ਦੀ ਗੱਲ ਨਹੀਂ ਸੀ, ਗੱਲ ਪ੍ਰਿੰਸੀਪਲ ਦੀ ਸੀ। ਤੋ ਇਹਦੇ ਵੀ ਕਿਸਮਾਂ ਸੁਖਾ ਦੇ ਐਸੀ ਕਲੀਅਰ ਸੌਕੇ ਸਾਈਕੋਸਿਸ ਕਹਿੰਦਾ ਏਜੰਸੀਆਂ ਵਾਲੀ ਗੱਲ ਕਿੱਥੋਂ ਆਉਂਦੀ ਹੈ ਵੀ ਉਹ ਵੀ ਏਜੰਸੀਆਂ ਦਾ ਉਹ ਵੀ ਏਜੰਸੀਆਂ ਦਾ ਉਹ ਵੀ ਇਹਦਾ ਮਤਲਬ ਮਨ 'ਚ ਕਿਤੇ ਫੀਅਰ ਬਹੁਤ। ਹੁਣ ਇਤਿਹਾਸ ਉਦਾਹਰਨਾਂ ਦਿੱਤੀਆਂ ਵੀ ਜਦੋਂ ਇਸ ਤਰ੍ਹਾਂ ਡਰ ਪੈ ਜਾਂਦਾ ਨਾ, ਉਹ ਕਹਿੰਦਾ ਵੀ ਜਦੋਂ ਸਿੱਖਾਂ ਦਾ ਡਰ ਪੈ ਗਿਆ ਸੀ ਮੁਗਲਾਂ 'ਤੇ ਉਹਨਾਂ ਨੂੰ ਝਾੜੀਆਂ 'ਚੋਂ ਵੀ ਸਿੱਖ ਦਿਸੀ ਜਾਂਦੀ ਸੀ। ਇਸ ਤਰ੍ਹਾਂ ਸਿੱਖਾਂ ਦੀ ਹਾਲਤ ਹੋਈ, ਉਹਨਾਂ ਨੂੰ ਮਤਲਬ ਇੰਨਾ ਡਰ ਪੈ ਗਿਆ ਆਹ ਵੀ ਏਜੰਸੀਆਂ ਦਾ। ਫਿਰ ਉਹਨੇ ਇੱਕ ਗੱਲ ਲਿਖੀ ਸੀ ਕਹਿੰਦਾ ਇਹਨਾਂ ਨੂੰ ਪਤਾ ਵੀ ਏਜੰਸੀਆਂ ਕੰਮ ਕਿਵੇਂ ਕਰਦੀ, ਕਹਿੰਦਾ ਸੱਚੀ ਗੱਲ ਇਹ ਹੈ ਇਹਨਾਂ 'ਚੋਂ ਕੋਈ ਬੰਦਾ ਵੀ ਏਜੰਸੀਆਂ ਦਾ ਕੰਮ ਕਰਨ ਦੇ ਯੋਗ ਹੀ ਮਤਲਬ ਕੁਆਲੀਫਾਈ ਵੀ ਨਹੀਂ ਕਰਦਾ ਵੀ ਇਹੋ ਜਿਹੇ ਬੰਦਿਆਂ ਨੂੰ ਰੱਖਣਗੇ ਉਹ। ਕਿ ਦੋਸ਼ ਜਿਹੜਾ ਹੈ ਉਹੀ ਲਾਓ ਅਤੇ ਜਿਹੜਾ ਦੋਸ਼ ਨਹੀਂ ਝੂਠਾ ਉਹ ਦੋਸ਼ ਨਾ ਲਾਓ, ਜੇ ਉਹ ਲਾਓਗੇ ਤਾਂ ਉਹਦੇ ਨਾਲ ਗੜਬੜ ਹੋਊਗੀ। द सिख व्यू पॉइंट चैनल देख रहे सारे दर्शकों का मैं मीर सिंह स्वागत करता हाँ जी। वाहिगुरू जी का खालसा वाहिगुरू जी की फतेह। पिछले प्रोग्राम के दौरान असी अकाली आगुआं दी धर्मिक मोर्चे समय रही कारगुजारी बारे गलबात की थी। उस प्रोग्राम के दरम्यान अकाली आगुआं दीआं दरबार साहब ते हमला करवाउण संबंधी चिट्ठियां दा सच अजमेर सिंह जी वल्लों दस्सिया गया कि यह चिट्ठियां नकली सन। हुण इत्थे सवाल खड़ा हुंदा है कि यह संघर्ष के दौरान इस तरह के अनैतिक हथकंडे क्यों अपनाए जाते हैं। ਨਾਲ ਹੀ ਜੇਕਰ ਅਸੀਂ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਵੇਖਦੇ ਹਾਂ ਤਾਂ ਪਹਿਲੀ ਸਵਾਲਾਂ ਦੇ ਘੇਰੇ ਵਿੱਚ ਨੇ, ਜਿਵੇਂ ਕਿ ਉਹਨਾਂ ਦਾ ਅੰਦਰ ਖਾਤੇ ਸੰਤਾਂ ਪ੍ਰਤੀ ਵਿਰੋਧ ਅਤੇ ਹਰ ਮਸਲੇ 'ਤੇ ਰਾਜਨੀਤੀ ਕਰਨਾ, ਇਹੋ ਜਿਹੇ ਹੋਰ ਅਨੇਕਾਂ ਦੋਸ਼ ਜਿਹੜੇ ਉਹਨਾਂ ਦੇ ਉੱਤੇ ਲੱਗਦੇ ਰਹੇ ਨੇ। ਅੱਜ ਇਸੇ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਿੱਖ ਰਾਜਨੀਤਿਕ ਵਿਸ਼ਲੇਸ਼ਕ ਸਰਦਾਰ ਅਜਮੇਰ ਸਿੰਘ ਜੀ। ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ, ਜਦੋਂ ਵੀ ਕੋਈ ਧਿਰ ਸੰਘਰਸ਼ ਕਰ ਰਹੀ ਹੁੰਦੀ ਹੈ ਤਾਂ ਉਹ ਸੰਘਰਸ਼ ਦੇ ਦੌਰਾਨ ਉਸ ਧਿਰ ਦੇ ਮੂਹਰੇ ਜਿਹੜਾ ਨੈਤਿਕ ਪੱਖ ਅਤੇ ਸਦਾਚਾਰਕ ਮਸਲਾ ਉਹ ਕਿੰਨੀ ਕੁ ਅਹਿਮੀਅਤ ਰੱਖਦਾ ਅਤੇ ਉਸ ਸਮੇਂ ਦੇ ਵਿੱਚ ਹੀ ਉਸ ਦੇ ਮੂਹਰੇ ਕਿਹੜੀਆਂ ਕਿਹੜੀਆਂ ਚੁਣੌਤੀਆਂ ਹੁੰਦੀਆਂ ਨੇ ਅਤੇ ਕਿਵੇਂ ਤਰੀਕੇ ਦੇ ਨਾਲ ਉਹਨੂੰ ਵਿਚਰਨਾ ਚਾਹੀਦਾ? ਦੇਖੋ, ਜਦੋਂ ਵੀ ਕੋਈ ਲੜਾਈ ਚੱਲਦੀ ਹੈ ਨਾ ਕਿਸੇ ਦੁਸ਼ਮਣ ਦੇ ਖਿਲਾਫ ਤਾਂ ਉਹ ਕਈ ਮੋਰਚਿਆਂ 'ਤੇ ਲੜੀ ਜਾਂਦੀ ਹੈ ਜਾਂ ਕਈ ਧਰਾਤਲਾਂ 'ਤੇ ਜੀ। ਇੱਕ ਤਾਂ ਉਹ ਸਮਝ ਲਓ ਵੀ ਰਾਜਸੀ ਖੇਤਰ ਦੇ ਵਿੱਚ ਵੀ ਲੜਾਈ ਹੁੰਦੀ ਜੀ ਜੀ, ਸੈਨਿਕ ਖੇਤਰ ਦੇ ਵਿੱਚ ਵੀ ਹੁੰਦੀ ਹੈ, ਈਵਨ ਸੱਭਿਆਚਾਰਕ ਖੇਤਰ 'ਚ ਵੀ ਹੁੰਦੀ ਹੈ। ਅਤੇ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਖੇਤਰ ਹੈ ਉਹ ਹੈਗਾ ਨੈਤਿਕ ਜਾਂ ਅਖਲਾਕੀ।
कि जदों लड़ना है खास करके सिखां वास्ते जां सच्ची धिर जिहड़ी भी दुनिया विच कोई लड़ रही है ना, जिहड़ी धिर भी हक इंसाफ लई सच लई लड़ रही है, उहदे ते जिम्मेवारी ऐद हो जाती है भी उन्हें उस लड़ाई च जिहड़ी विरोधी धिर है जिहड़ी झूठ का पक्ष लै रही है उस दे उत्ते अखलाकी जित भी हासिल करनी जी जी। आपदे जिहड़े अखलाक का प्रगटावा करना है ना ਉਹ ਉਹਦੇ ਨਾਲ ਉੱਤਮ ਦਿਸਣਾ ਚਾਹੀਦਾ। ਸੋ ਕੋਈ ਇਹੋ ਜਿਹਾ ਅਨੈਤਿਕ ਜਾਂ ਗੈਰ ਸਦਾਚਾਰਕ ਹੱਥ ਕੰਡਾ ਉਹਦੇ ਵਾਸਤੇ ਵਰਜਿਤ ਹੋ ਜਾਂਦਾ, ਕਿਉਂਕਿ ਜਿਹੜੀ ਲੜਾਈ ਹੈ ਜਿਹੜੀ ਸੱਚ ਦੀ ਲੜਾਈ ਹੈ ਜਿਹਦਾ ਪੱਖ ਸੱਚ ਦਾ ਉਹਨੂੰ ਝੂਠ ਬੋਲਣ ਦੀ ਲੋੜ ਨਹੀਂ। ਪਰ ਕਈ ਵਾਰੀ ਮੁਸ਼ਕਲ ਨਹੀਂ ਇਹੋ ਜਿਹੀ ਖੜੀ ਹੋ ਜਾਂਦੀ ਜਿੱਥੇ ਉਹਨਾਂ ਨੂੰ ਇਸ ਚੀਜ਼ ਤੋਂ ਦੂਰ ਹੋਣਾ ਪੈਂਦਾ? ਮੁਸ਼ਕਲ ਜ਼ਰੂਰ ਆਉਂਦੀ ਹੈ, ਇਹ ਹਰ ਸੰਘਰਸ਼ ਦੇ ਵਿੱਚ ਇੱਕ ਮਸਲਾ ਆਉਂਦਾ ਹੈ, ਕਨਵੀਨੀਅੰਸ ਐਂਡ ਪ੍ਰਿੰਸੀਪਲ ਜੀ, ਸਹੂਲਤ ਅਤੇ ਅਸੂਲ। ਕਈ ਵਾਰ ਇਹ ਲੱਗਦਾ ਹੁੰਦਾ ਥੋੜ੍ਹਾ ਜਿਹਾ ਝੂਠ ਬੋਲ ਕੇ ਕੰਮ ਬੜਾ ਬਣ ਸਕਦਾ ਜੀ। ਇਹ ਟੈਂਪਟੇਸ਼ਨ ਇਹ ਨਿੱਜੀ ਜ਼ਿੰਦਗੀ 'ਚ ਵੀ ਬੰਦੇ ਦੇ ਹੁੰਦੀ ਹੈ ਨਾ। ਇੱਕ ਪਾਸੇ ਬਚਪਨ ਤੋਂ ਸਿਖਾਇਆ ਜਾਂਦਾ ਵੀ ਝੂਠ ਨਹੀਂ ਬੋਲਣਾ ਜੀ ਜੀ, ਅਤੇ ਪਰ ਬੜੀ ਵਾਰ ਇਹ ਹੁੰਦਾ ਵੀ ਯਾਰ ਜੇ ਇੰਨਾ ਕੁ ਝੂਠ ਬੋਲ ਕੇ ਇੰਨਾ ਕੰਮ ਹੁੰਦਾ, ਹਰਜ ਕੀ ਹੈ? ਉਹ ਹਰਜ ਇਹ ਹੁੰਦਾ ਵੀ ਉਹ ਫਿਰ ਰਾਹ ਖੁੱਲਦਾ, ਛੋਟੇ ਝੂਠ ਤੋਂ ਵੱਡੇ ਝੂਠ ਤੱਕ ਜਾਂਦਾ ਬੰਦਾ ਜੀ ਜੀ। ਉਹ ਗੱਲ ਰਾਹ ਦੀ ਜਿਵੇਂ ਸਹੇ ਦੀ ਨਹੀਂ ਪਹੇ ਦੀ ਹੁੰਦੀ ਹੈ ਨਾ, ਅਤੇ ਇਸ ਕਰਕੇ ਮਤਲਬ ਕਨਵੀਨੀਅੰਸ ਐਂਡ ਪ੍ਰਿੰਸੀਪਲ ਹਮੇਸ਼ਾ ਇਹ ਟੈਂਪਟੇਸ਼ਨ ਹੁੰਦੀ ਹੈ ਵੀ ਪ੍ਰਿੰਸੀਪਲ 'ਤੇ ਸਮਝੌਤਾ ਕਰ ਲਈਏ, ਪ੍ਰਿੰਸੀਪਲ ਨੂੰ ਛੱਡ ਕੇ ਆਪਦਾ ਜਿਹੜਾ ਹੈਗਾ ਮਨੋਰਥ ਹਾਸਲ ਹੋ ਜਾਏ। ਪਰ ਜਦੋਂ ਇਹ ਰਾਹ ਛੱਡਿਆ ਜਾਊ ਨਾ ਉਹਦੀ ਇਹਦੀਆਂ ਫਿਰ ਇਹਦੇ ਸਿੱਟੇ ਬੜੇ ਦੂਰ ਹੱਸ ਨਿਕਲਣ। ਹੁਣ ਤੁਸੀਂ ਜਿਹੜਾ ਸਿੱਖਾਂ ਦਾ ਆਪਣਾ ਪੁਰਾਤਨ ਇਤਿਹਾਸ ਹੈ ਉਸ ਇਤਿਹਾਸ 'ਚ ਤੁਸੀਂ ਦੇਖੋ ਵੀ ਜਿਹੜੇ ਸਿੱਖ ਇਖਲਾਕ ਦੀਆਂ ਮਿੱਥ ਪੈਦਾ ਹੋਏ ਜਿੱਥੇ ਦੁਸ਼ਮਣ ਨੂੰ ਵੀ ਮੰਨਣਾ ਪਿਆ। ਕਾਜੀ ਨੂਰਦੀਨ ਨੇ ਲਿਖਿਆ ਨਾ ਇਤਿਹਾਸ, ਪੂਰੀ ਨਫ਼ਰਤ ਵੀ ਹੈ ਸਿੱਖਾਂ ਨਾਲ, ਪਰ ਕਿੱਡੀ ਉਹ ਉਹਨਾਂ ਦੇ ਇਖਲਾਕ ਦੀ ਕਿੱਡੀ ਪ੍ਰਸ਼ੰਸਾ ਕਰਦੇ ਵੀ ਇਹ ਆਹ ਨਹੀਂ ਕਰਦੇ, ਇਹ ਆਹ ਨਹੀਂ ਕਰਦੇ, ਵੀ ਕੋਈ ਅਨੈਤਿਕ ਨਹੀਂ ਇਹ ਕੰਮ ਕਰਦੇ। ਸੋ ਜਿਹਦਾ ਮਤਲਬ ਨੈਤਿਕਤਾ ਦਾ ਪੱਲਾ ਨਹੀਂ ਛੱਡਦੇ ਕੁਛ ਹੋ ਜੇ। ਸੋ ਇਹ ਜਿਹੜੀ ਗੱਲ ਹੈਗੀ ਹੈ ਕਿ ਤੁਹਾਡੇ 'ਤੇ ਇੱਕ ਮੌਕੇ 'ਤੇ ਦਬਾਅ ਪੈਂਦਾ ਵੀ ਜੇ ਇੰਨਾ ਕੁ ਕਰ ਲਈਏ ਹੱਥ ਕੱਢਾ ਜਾ, ਪਰ ਜੇ ਉਹ ਉਹ 'ਤੇ ਤਾਂ ਸਾਨੂੰ ਰਜਿਸਟ ਕਰਨਾ ਪਊਗਾ। ਜੇ ਤੁਸੀਂ ਆਪਣੇ ਪ੍ਰਿੰਸੀਪਲ 'ਤੇ ਅਤੇ ਸੱਚ 'ਤੇ ਖੜ੍ਹਨਾ ਅਤੇ ਅਖਲਾਕ ਦਾ ਪ੍ਰਗਟਾਵਾ ਕਰਨਾ, ਇਹ ਬਹੁਤ ਜ਼ਰੂਰੀ ਹੈ। ਅਤੇ ਪੁਰਾਤਨ ਸਮੇਂ 'ਚ ਐਡੀ ਪ੍ਰੋਬਲਮ ਨਹੀਂ ਸੀ ਸਿੱਖਾਂ ਦੇ ਅਖਲਾਕ ਉਹ ਸੀ, ਹੁਣ ਜਿਹੜਾ ਅੱਜ ਜਿਸ ਦੌਰ 'ਚ ਅਸੀਂ ਹੁਣ ਚੱਲ ਰਹੇ ਹਾਂ ਇਹ ਕਿਸੇ ਬੰਦੇ ਨੂੰ ਲੱਗਦਾ ਹੀ ਨਹੀਂ ਵੀ ਇਹ 'ਚ ਹਰਜ ਕੀ ਹੈ ਇਹਦੇ 'ਚ। ਇੱਕ ਤਾਂ ਇਹ, ਇੱਕ ਜਿਹੜੀ ਉਹ ਚਿੱਠੀਆਂ ਵਾਲੀ ਗੱਲ ਸੀ ਨਾ ਉਹਦੇ 'ਚ ਮੈਨੂੰ ਇਹ ਲੱਗਿਆ ਕਿ ਜਿਹੜੀ ਰਾਜਸੀ ਸੂਝ ਬੂਝ ਹੈ ਉਹ ਵੀ ਬਹੁਤ ਨੀਵੀਂ ਹੈ, ਕਿਉਂਕਿ ਇੱਕ ਕੋਮਨ ਸੈਂਸ ਦੀ ਲੈਵਲ 'ਤੇ ਵੀ ਪਤਾ ਏਜੰਸੀਆਂ ਕਿਵੇਂ ਕੰਮ ਕਰਦੀਆਂ। ਇਸ ਲੈਵਲ 'ਤੇ ਇੰਨੇ ਕੁੱਢ ਰੂਪ 'ਚ ਇੰਨੇ ਕਰੂਡ ਫਾਰਮ 'ਚ ਉਹ ਕੰਮ ਨਹੀਂ ਚੱਲ ਸਕਦਾ ਏਜੰਸੀਆਂ, ਜਿਹਦਾ ਮਤਲਬ ਇਹਨਾਂ ਬੰਦਿਆਂ ਨੂੰ ਪਤਾ ਹੀ ਨਹੀਂ ਏਜੰਸੀਆਂ ਦਾ ਕੰਮ ਕਿੰਨੇ ਸੂਖਮ ਲੈਵਲ 'ਤੇ ਕਿੰਨੀ ਹੁਸ਼ਿਆਰੀ ਨਾਲ ਚੱਲਦਾ। ਪਰ ਲੋਕਾਂ 'ਤੇ ਪ੍ਰਭਾਵ ਪੈਣ ਦਾ ਜੇ ਆਪਾਂ ਕਾਰਨ ਦੇਖੀਏ, ਜਿਹੋ ਜਿਹੀ ਉਹਨਾਂ ਦੀ ਕਾਰਗੁਜ਼ਾਰੀ ਸੀ ਅਕਾਲੀ ਆਗੂਆਂ ਦੀ, ਉਹ ਇੱਕ ਵੀ ਇਹ ਉਹਨੇ ਵੀ ਐਵੇਂ ਰੋਲ ਜਿਹੜਾ ਅਦਾ ਕੀਤਾ। ਮਤਲਬ ਇਹਦੇ 'ਚ ਇਕੱਲਾ ਮਤਲਬ ਇਹ ਸਿੱਖਾਂ ਦਾ ਜਿਹੜੇ ਦੂਜੇ ਆਪਣੇ ਕਹੇ ਜੁਝਾਰੂ ਪੱਕ ਹੈ ਜੀ ਜੀ ਉਹਦਾ ਦੋਸ਼ ਨਹੀਂ, ਕਿਉਂਕਿ ਗੁੱਸਾ ਬਹੁਤ ਸੀ ਜੀ। ਮਤਲਬ ਜੇ ਤਾਂ ਹੋਵੇ ਨਾ ਵੀ ਅਕਾਲੀ ਦੁੱਧ ਧੋਤੇ ਸੀ ਐਵੇਂ ਉਹਨਾਂ 'ਤੇ ਇੱਕ ਦੋਸ਼ ਲੱਗ ਗਿਆ, ਇਹੋ ਜਿਹੀ ਗੱਲ ਨਹੀਂ ਸੀ। ਬਹੁਤ ਉਹਨਾਂ ਦਾ ਧੁਰ ਤੋਂ ਲੈ ਕੇ ਮੁੱਢ ਤੋਂ ਲੈ ਕੇ ਇੱਕ ਦੋਸ਼ਪੂਰਨ ਰਵੱਈਆ ਸੰਤਾਂ ਨੂੰ ਲੈ ਕੇ ਨਾ, ਸੰਤਾਂ ਦੇ ਪ੍ਰਤੀ, ਉਹ ਕੋਈ ਵਿਅਕਤੀਗਤ ਨਹੀਂ ਸੀ, ਉਹ ਰਾਜਨੀਤਿਕ ਸੀ। ਕਿਉਂਕਿ ਅਕਾਲੀ ਰਾਜਨੀਤੀ ਦੀ ਲੋੜ ਹੋਰ ਸੀ ਅਤੇ ਜਿਹੜੀ ਸੰਤ ਰਾਜਨੀਤੀ ਕਰ ਰਹੇ ਸੀ ਸੱਚ ਦੀ ਰਾਜਨੀਤੀ ਅਤੇ ਪੂਰਨ ਆਜ਼ਾਦੀ ਦੀ ਜਿਹੜੀ ਹੈਗੀ ਹੈ ਮੁਕੰਮਲ ਸੋਵਰੈਂਟੀ ਦੀ ਹੈ ਨਾ, ਉਹ ਰਾਜਨੀਤੀ ਹੋਰ ਸੀ। ਸੋ ਅਕਾਲੀਆਂ ਦੀ ਰਾਜਨੀਤੀ ਦੀ ਇਹ ਲੋੜ ਹੈ ਪੈਰ ਪੈਰ 'ਤੇ ਝੂਠ ਬੋਲ, ਪੈਰ ਪੈਰ 'ਤੇ ਝੂਠ ਬੋਲਣੇ ਅਤੇ ਅਨੈਤਿਕ ਕਰਮ ਕਰਨੇ। ਹੁਣ ਰੀਸੈਂਟਲੀ ਦੇਖ ਲਓ ਆਹ ਬਿੱਲਾਂ ਦਾ ਮਾਮਲਾ ਆਇਆ ਨਾ ਕਿਸਾਨੀ ਬਿੱਲਾਂ ਦਾ, ਅਜੇ ਕੱਲ੍ਹ ਤੱਕ ਉਹ ਵੀਡੀਓਜ਼ ਪਈਆਂ, ਹੁਣ ਤਾਂ ਖੈਰ ਇਹ ਵੀ ਇੱਕ ਸਹੂਲਤ ਹੈ ਨਾ, ਅੱਗੇ ਤਾਂ ਅਗਲਾ ਬੋਲ ਗਿਆ ਉਹ ਕੋਈ ਬੋਲ ਕਿਤੇ ਕੈਦ ਤਾਂ ਹੁੰਦੇ ਨਹੀਂ ਸੀ, ਕੈਚ ਨਹੀਂ ਸੀ ਹੁੰਦੇ, ਜਦੋਂ ਮਰਜ਼ੀ ਮੁੱਕਰ ਜੇ, ਉਹ ਕਹਿੰਦੇ ਹੁੰਦੇ ਸੀ ਮਰੇ ਤਾਂ ਮੁੱਕਰੇ ਦਾ ਕੀ ਇਲਾਜ ਹੈ, ਪਰ ਅੱਜ ਕੱਲ੍ਹ ਇਲਾਜ ਹੈ ਕਿਉਂਕਿ ਉਹ ਸਬੂਤ ਪਿਆ ਸਾਹਮਣੇ ਸਾਹਮਣੇ। ਹੁਣ ਉਹ ਇੰਨੇ ਸਬੂਤ ਪਏ ਨੇ, ਉਹ ਬੋਲਦੇ ਕਿਵੇਂ ਨੇ, ਮਤਲਬ ਵੱਡਾ ਬਾਦਲ ਬੋਲਦੇ, ਸਪੈਸ਼ਲ ਬੋਲਿਆ, ਸੁਖਵੀਰ ਬੋਲਿਆ, ਹਰਸਿਮਰਤ ਬੋਲੀ, ਅਬਦੇ ਬਲਟੋਏ ਅਰਕੇ, ਇਹ ਤਾਂ ਪਤਾ ਹੀ ਨਹੀਂ ਇਹਨਾਂ ਨੇ ਕਿੰਨੇ ਫਿਰ ਮਤਲਬ ਇਸ 'ਤੇ ਬੋਲੇ ਨੇ।
वो सारा कुछ सामने पे ये बावजूद फिर मतलब इन्नी ढीठताई नाल मुकर के भी नहीं अस तो मुड़ के विरोध करते रहे हैं। सो ये जो झूठ है ना अकालिया का बेईमानी ये कोई रौला नहीं भी अकाली झूठे सी ते बेईमान सी, पर मेरा जो पॉइंट सी उत्ते वो ये सी कि तुसी अगले ते दोष उन्ना लाओ जिन्ना वो है कि झूठ बोलना ते बेईमान होना छोटा दोष है। सो ये इतों तक क्यों थोनों एक झूठ घटना क्यों पवे दोष जो सच्चे दोष ही इन्ने है। वो मेरा नुकता यह सी भी जो असं इस पासे तुरंगे ना एक राह बनता है। अज तुसी अकालिया खिलाफ अनैतिक कदम चुकया है, फिर कल नूं जिहदे नाल भी विरोध आओ भी जरा सौखा भी इहदे खिलाफ कुछ घट लो है आ गल चला दो ਅਸੀਂ ਚੱਲਿਆ ਸਾਡੀ ਮੁੜ ਕੇ ਲਹਿਰ ਦੇ ਵਿੱਚ ਵੀ ਜਿਹੜਾ ਹੁਣ ਤੱਕ ਸਿਲਸਿਲਾ ਚੱਲਿਆ ਨਾ। ਮੈਂ ਬਾਅਦ 'ਚ ਤੁਹਾਡੇ ਨਾਲ ਗੱਲ ਕਰੂੰਗਾ ਕੁਛ ਮਸਲਿਆਂ ਬਾਰੇ ਕੰਕਰੀਟ ਵੀ ਜਦੋਂ ਅਸੀਂ ਇਹ ਇੱਕ ਰਾਹ ਪਾਤਾ ਰਾਹ ਖੋਲ੍ਹਤਾ ਵੀ ਇਸ ਤਰ੍ਹਾਂ ਕੀਤਾ ਜਾ ਸਕਦਾ ਤਾਂ ਉਹਦੇ ਨਤੀਜੇ ਬੜੇ ਤਬਾਹ ਹੁਣ ਨਿਕਲੇ ਲਹਿਰ ਵਾਸਤੇ ਬੰਦਿਆਂ ਨੂੰ ਸੱਚ ਅਤੇ ਝੂਠ 'ਚ ਨਿਖੇੜਾ ਕਰਨ ਦਾ ਅਤੇ ਉਹ ਪਤਾ ਹੀ ਨਹੀਂ ਲੱਗਦਾ। ਜਸਵੰਤ ਸਿੰਘ ਖਾਲਰਾ ਨੇ ਇੱਕ ਆਰਟੀਕਲ ਲਿਖਿਆ ਸੀ 1992 ਜਦੋਂ ਇੰਗਲੈਂਡ ਸੀਗਾ, ਉਹ ਜਦੋਂ ਉੱਥੇ ਗਿਆ ਤਾਂ ਉੱਥੇ ਜਿਹੜੇ ਸਥਾਪਿਤ ਸੀਗੇ ਕੁਛ ਖਾਲਿਸਤਾਨੀ ਆਗੂ ਉਹਨਾਂ ਨੂੰ ਇਹ ਲੱਗਿਆ ਵੀ ਇਹ ਕਿਉਂਕਿ ਖਾਲਰਾ ਹੁਣ ਆਫਟਰ ਬੜਾ ਨਾਮ ਸੁਲਝਿਆ ਹੋਇਆ ਸੀਗਾ ਅਤੇ ਉਹਦਾ ਨਾਮ ਵੀ ਸੀਗਾ ਅਤੇ ਉਹਨਾਂ ਨੂੰ ਲੱਗਿਆ ਵੀ ਇਹ ਤੋਂ ਸਾਨੂੰ ਖਤਰਾ ਹੈ ਅਤੇ ਜਦੋਂ ਤੁਹਾਨੂੰ ਕਿਸੇ ਤੋਂ ਖਤਰਾ ਇਨਸਕਿਓਰਿਟੀ 'ਚੋਂ ਅਤੇ ਉਹ ਜਿਹੜਾ ਬੰਦਾ ਇਨਸਕਿਓਰ ਹੈ ਸੱਚਾ ਬੰਦਾ ਕਦੇ ਇਨਸਕਿਓਰ ਨਹੀਂ ਹੋਇਆ। ਅਕਾਲੀ ਆਗੂ ਨੂੰ ਲੱਗਿਆ ਹਾਂ ਨਹੀਂ ਅਕਾਲੀ ਆਗੂ ਵੀ ਨਹੀਂ ਸੀ ਖਾਲਿਸਤਾਨੀ ਆ ਜਗਜੀਤ ਸਿੰਘ ਜਿਹੜਾ ਹੈਗਾ ਆਪਣਾ ਚੌਹਾਨ ਵਗੈਰਾ ਇਹ ਵੀ ਸੀਗੇ। ਅਕਾਲੀ ਆਗੂ ਨਾਲ ਤਾਂ ਕੋਈ ਮੁਕਾਬਲਾ ਹੀ ਨਹੀਂ ਸੀ ਰਹਿ ਗਿਆ ਉਹ ਜਦੋਂ ਖਾਲਸਾ ਕਿਹਾ, ਅਕਾਲੀ ਆਗੂ ਤਾਂ ਗੁੱਠੇ ਲੈਣ ਲੱਗ ਚੁੱਕੇ ਸੀ। ਉੱਥੇ ਫਿਰ ਜਿਹੜਾ ਕੰਪੀਟੀਸ਼ਨ ਚੱਲ ਰਿਹਾ ਸੀ ਉਹ ਤਾਂ ਇਹ ਜੁਝਾਰੂ ਧਿਰਾਂ 'ਚ ਚੱਲ ਰਿਹਾ ਸੀ ਜਿਹੜੇ ਇਸ ਲਹਿਰ ਦੇ ਹਮਾਇਤੀ ਜਾਂ ਖਾਲਿਸਤਾਨ ਦੇ ਹਮਾਇਤੀ ਸੀ ਅਤੇ ਉਹਨਾਂ 'ਚੋਂ ਮਤਲਬ ਕੁਛ ਬੰਦਿਆਂ ਨੂੰ ਲੱਗਿਆ ਵੀ ਇਹ ਖਾਲਰਾ ਸਾਡੇ ਵਾਸਤੇ, ਉਹਨਾਂ ਨੇ ਉੱਥੇ ਗੱਲ ਚਲਾਤੀ ਇਹ ਏਜੰਸੀਆਂ ਨੇ ਭੇਜਿਆ ਕਿਉਂਕਿ ਸਿਰੇ 'ਤੇ ਲਹਿਰ ਚੱਲ ਰਹੀ ਹੈ ਇੱਧਰੋਂ ਵੀ ਸਪੈਸ਼ਲੀ 92 'ਚ ਦਾ ਇੱਥੇ ਆਉਣਾ ਅਤੇ ਇਹ ਇਸ ਕੰਮ ਵਾਸਤੇ ਭੇਜਿਆ ਵੀ ਇੱਥੇ ਇਹ ਏਜੰਸੀਆਂ ਦਾ ਬੰਦਾ ਹੈ। ਪਿੱਛੇ ਦੀ ਸੱਚਾਈ ਨੂੰ ਕਿਸੇ ਨੇ ਘੋਕ ਕੇ ਨਹੀਂ ਦੇਖਿਆ, ਲੋੜ ਹੀ ਨਹੀਂ ਲੱਗਦੀ ਅਗਲੇ ਨੂੰ ਨਾ। ਜਦੋਂ ਤੁਸੀਂ ਇੱਕ ਵਾਰ ਇਹ ਕਲਚਰ ਪੈਦਾ ਕਰਤਾ ਵੀ ਕਿਸੇ 'ਤੇ ਵੀ ਦੋਸ਼ ਲਾਇਆ ਜਾ ਸਕਦਾ, ਕੋਈ ਉਹਦਾ ਐਵੀਡੈਂਸ ਨਹੀਂ ਮੰਗਦਾ ਜਾਂ ਸਬੂਤ ਦੇ। ਇਹਦੇ ਪਿੱਛੇ ਦਾ ਕਾਰਨ ਕੀ ਰਹਿੰਦਾ ਵੀ ਆਪਣੇ ਆਪ ਨੂੰ ਉੱਤੇ ਦੇਖਣਾ ਚਾਹੁੰਦੇ ਆ, ਇਹ ਕਾਰਨ ਹੈ? ਕਾਰਨ ਤਾਂ ਮੈਂ ਪਿਛਲੀ ਵਾਰ ਵੀ ਕੀਤਾ ਸੀਗਾ, ਮਨੋਵਿਕਾਰ ਨਿੱਜ ਹੈ ਨਾ ਆਪਦਾ, ਕਿਉਂਕਿ ਜਦੋਂ ਤਾਂ ਬੰਦਾ ਕੋਈ ਸੰਘਰਸ਼ 'ਚ ਆਉਂਦਾ ਹੈ ਆਪਦਾ ਆਪਾ ਭਾਵ ਤਿਆਗ ਜੀ ਉਦੋਂ ਤਾਂ ਫਿਰ ਉਹ ਸਪਿਰਿਟ ਹੋਊ ਪੰਥ ਵਸੇ ਮੈਂ ਉਜੜਾ ਸੱਚੀ ਜੋ ਸੰਤ ਜਰਨੈਲ ਸਿੰਘ ਪਹਿਲੇ ਦਿਨੋਂ ਕੋਈ ਭੁੱਖ ਕੋਈ ਲਾਲਸਾ ਕੋਈ ਵੀ ਤ੍ਰਿਸ਼ਨਾ ਹੈ ਹੀ ਨਹੀਂ ਨਾ ਅਹੁਦੇ ਦੀ ਨਾ ਕੋਈ ਹੋਰ। ਅਤੇ ਜਿਹੜੇ ਬੰਦਿਆਂ 'ਚ ਤ੍ਰਿਸ਼ਨਾ ਪਈ ਹੈ ਉਹ ਭਾਵੇਂ ਇੱਧਰ ਵੀ ਲੜ ਰਹੇ ਹੋਣ ਖਾਲਿਸਤਾਨ ਵਾਸਤੇ, ਕਿਸੇ ਨੂੰ ਅਹੁਦੇ ਦੀ ਹੈ ਕਿਸੇ ਨੂੰ ਸ਼ੌਹਰਤ ਦੀ ਹੈ ਕਿਸੇ ਨੂੰ ਦੌਲਤ ਦੀ ਵੀ ਹੈ, ਇਹ ਜਿਹੀ ਬਥੇਰਾ ਚੱਲਿਆ ਸਿਲਸਿਲਾ ਬਾਹਰ ਤਾਂ ਵੀ ਖਾਲਿਸਤਾਨ ਦੇ ਨਾਂ 'ਤੇ ਪੈਸਾ ਬੜਾ ਬੰਦਾ ਕਿੱਟਾ ਦਿੱਤਾ। ਅਤੇ ਇਹ ਸਿਲਸਿਲਾ ਗੱਲ ਮੈਂ ਜਿਹੜੀ ਗੱਲ ਉਹ ਮਨੋਵਿਕਾਰਾਂ ਦੀ ਗੱਲ ਹੈ, ਜਿੰਨਾ ਚਿਰ ਬੰਦਾ ਮਨੋਵਿਕਾਰਾਂ ਤੋਂ ਮੁਕਤ ਨਹੀਂ ਹੋ ਉਹਨਾਂ ਚਿਰ ਇਹ ਪ੍ਰੋਬਲਮ ਹੱਲ ਨਹੀਂ ਹੋਣੀ, ਅਨੈਤਿਕ ਕਰਮ ਕਰਨੇ ਹੀ ਕਰਨੇ। ਸੋ ਅਕਾਲੀ ਜਿਹੜੇ ਸੀ ਅਕਾਲੀ ਸੀਗੇ ਮਨੋਵਿਕਾਰਾਂ ਦੇ ਗਰੱਸੇ ਹੋਏ, ਖੁਦਗਰਜ ਲੋਭੀ ਅਤੇ ਮੌਕਾ ਪ੍ਰਸਤ। ਹੁਣ ਆਪਾਂ ਨੂੰ ਜਿਹੜੀ ਮੈਂ ਜਿਹੜੀ ਗੱਲ 'ਤੇ ਜ਼ੋਰ ਦੇ ਰਿਹਾ ਉਹ ਤਾਂ ਇਹ ਸੀ ਵੀ ਤੁਸੀਂ ਇਹਨਾਂ ਨੂੰ ਏਜੰਸੀਆਂ ਦੇ ਬੰਦੇ ਕਹਿ ਕੇ ਇਹ ਲੱਗਦਾ ਵੀ ਇਹਦੇ ਨਾਲ ਕੰਮ ਸੌਖਾ ਸੌਖਾ, ਗੱਲ ਉਹਨਾਂ ਨਾਲ ਇੱਕ ਰਾਜਨੀਤਿਕ ਲੜਾਈ ਹੈ ਸਾਡੀ, ਉਹਨਾਂ ਦੀ ਰਾਜਨੀਤੀ ਨੂੰ ਸਮਝੋ ਅਤੇ ਰਾਜਨੀਤੀ ਨੂੰ ਪਛਾੜੋ। ਉਹ ਰਾਜਨੀਤੀ ਕੀ ਹੈ ਕਿ ਸੈਂਟਰ ਨਾਲ ਕੋਲੈਬੋਰੇਟ ਕਰਕੇ ਜਿਹਨੂੰ ਅਸੀਂ ਸੂਬੇਦਾਰੀ ਦੀ ਰਾਜਨੀਤੀ ਵੀ ਉਹਨਾਂ ਦੇ ਹੇਠਾਂ ਲੱਗ ਕੇ ਇੱਥੇ ਰਾਜ ਕਰਨਾ, ਉਸ ਰਾਜਨੀਤੀ ਦੀ ਇਹ ਲੋੜ ਹੈ ਵੀ ਜਿਹੜਾ ਫਿਰ ਤੁਹਾਡੇ 'ਚੋਂ ਦੂਜਾ ਕੋਈ ਰੁਝਾਨ ਉੱਠਦਾ ਜਿਹੜਾ ਆਜ਼ਾਦੀ ਦੀ ਗੱਲ ਕਰਦਾ, ਜਿਹੜਾ ਉਸ ਸਟੇਟ ਨਾਲ ਰਲ ਕੇ ਨਹੀਂ ਚੱਲਣਾ ਚਾਹੁੰਦਾ, ਉਹ ਤੁਹਾਡੇ ਵਾਸਤੇ ਵੀ ਖਤਰਾ ਉਸ ਸਟੇਟ ਵਾਸਤੇ ਵੀ ਖਤਰਾ, ਇੱਥੋਂ ਆ ਕੇ ਦੋਹਾਂ ਦੇ ਇੰਟਰਸਟ ਜੁੜ ਜਾਂਦੇ ਆ। ਸੋ ਅਕਾਲੀ ਕੇਂਦਰ ਸਰਕਾਰ ਨਾਲ ਕੋਲੈਬੋਰੇਟ ਕਰਕੇ ਚੱਲ ਰਹੇ ਸੀ, ਪਰ ਕੋਲੈਬੋਰੇਟ ਕਰਨ ਦਾ ਮਤਲਬ ਇਹ ਨਹੀਂ ਵੀ ਇਹਨਾਂ ਨੇ ਕਿਹਾ ਹੋਵੇ ਆਓ ਜੀ ਹੁਣ ਹਮਲਾ ਕਰੋ। ਮੈਂ ਕਹਿੰਦਾ ਇਹਨਾਂ ਨੇ ਕਿਹਾ ਵੀ ਹੋਵੇ ਇਹਦਾ ਮਤਲਬ ਸਾਨੂੰ ਯਾਰ ਸਟੇਟ ਦੀ ਫੰਕਸ਼ਨਿੰਗ ਦੀ ਸੰਬੰਧ ਪਤਾ ਹੀ ਨਹੀਂ। ਇੰਡੀਅਨ ਸਟੇਟ ਜਦੋਂ ਕੋਈ ਫੈਸਲਾ ਕਰੋ ਐਡਾ ਵੱਡਾ
ਉਹ ਅਕਾਲੀਆਂ ਦੇ ਕਹੇ ਤੋਂ ਥੋੜ੍ਹਾ ਕਰੋ। ਕੇਂਦਰ ਸਰਕਾਰ ਮੈਨੀਪੁਲੇਟ ਕਰ ਰਹੀ ਸੀ ਵੀ ਇੱਕ ਪਾਸੇ ਸੰਤ ਇੱਕ ਪਾਸੇ ਅਕਾਲੀ, ਦੋਹਾਂ 'ਚ ਕਨਫਲਿਕਟ ਤਿੱਖਾ ਹੋਵੇ, ਇਹਨਾਂ 'ਚ ਕਲੈਸ਼ ਹੋਵੇ, ਤਾਂ ਕਿ ਸਾਨੂੰ ਹਮਲਾ ਕਰਨ ਸੌਖ ਆ। ਉਹ ਮੈਨੀਪੁਲੇਟ ਕਰ ਰਹੇ ਸੀ, ਅਕਾਲੀ ਕੇਂਦਰ ਨੂੰ ਨਹੀਂ ਸੀ ਮੈਨੀਪੁਲੇਟ ਕਰ ਰਹੇ ਵੀ ਅਸੀਂ ਇਹਤੋਂ ਹਮਲਾ ਕਰਵਾ ਲਈਏ। ਸੈਂਟਰ ਚਲਾ ਰਹੇ, ਸੈਂਟਰ ਚਲਾ ਰਿਹਾ ਸੀ ਵੀ ਅਸੀਂ ਇਹਨਾਂ ਨੂੰ ਆਪਸੀ ਕਲੈਸ਼ 'ਚ ਉਲਝਾ ਦਈਏ। ਅਕਾਲੀ ਉਹਦੇ ਟੂਲ ਬਣ ਰਹੇ ਸੀ, ਮੈਂ ਪਿਛਲੀ ਵਾਰ ਵੀ ਕਿਹਾ ਸੀਗਾ। ਅਤੇ ਉਹ ਇਸ ਕਰਕੇ ਮਤਲਬ ਅਕਾਲੀ ਇਹ ਨਹੀਂ ਸੀ ਵੀ ਉਹ ਦੋਸ਼ ਮੁਕਤ, ਉਹਨਾਂ ਦਾ ਇਹ ਦੋਸ਼ ਸੀ, ਪਰ ਮੇਰਾ ਪੁਆਇੰਟ ਇੰਨਾ ਸੀ ਦੋਸ਼ ਉਹਨਾਂ ਲਾਓ, ਕਿਉਂਕਿ ਜਦੋਂ ਮੈਂ ਕਿਤਾਬਾਂ ਲਿਖਣ ਦਾ ਪ੍ਰੋਜੈਕਟ ਸ਼ੁਰੂ ਕੀਤਾ, ਮੈਨੂੰ ਸਰਦਾਰ ਜਗਜੀਤ ਸਿੰਘ ਨੇ, ਜਿਨ੍ਹਾਂ ਨੇ ਉਹ ਸਿੱਖ ਇਨਕਲਾਬ ਕਿਤਾਬ ਲਿਖੀ, ਬਜ਼ੁਰਗ ਸੀਗੇ, ਉਹਨਾਂ ਨੇ ਮੈਨੂੰ ਇਹ ਪਹਿਲਾਂ ਬਕਾਇਦਾ ਹਦਾਇਤਾਂ ਦਿੱਤੀਆਂ ਵੀ ਤੇਰੇ ਹੱਥ 'ਚ ਕਲਮ ਹੈ, ਤੂੰ ਕਿਸੇ ਬੰਦੇ ਨੂੰ ਬਹੁਤ ਨਫ਼ਰਤ ਵੀ ਕਰਦਾ ਹੋਵੇ ਇਤਿਹਾਸ ਦੇ ਪਾਤਰ ਨੂੰ, ਉਹਦਾ ਦੋਸ਼ ਉਹਨਾਂ ਲਿਖੀ ਜਿੰਨਾ ਹੈ ਵਧਾ ਕੇ, ਦੋਸ਼ੀ ਤਾਂ ਦੋਸ਼ੀ ਹੈ, ਹਾਂ ਨਹੀਂ ਉਹਨਾਂ ਲਿਖੋ ਬਸ ਜਿੰਨਾ ਹੈ। ਇੱਕ ਹੁੰਦਾ ਲੋਜੀਕਲ ਐਕਸਟੈਂਸ਼ਨ ਕਰਨੀ, ਲੋਜੀਕਲ ਐਕਸਟੈਂਸ਼ਨ ਕੀ, ਜਿਵੇਂ ਏ ਇਜ ਇਕੁਅਲ ਟੂ ਬੀ, ਬੀ ਇਜ ਇਕੁਅਲ ਟੂ ਸੀ, ਦੇਅਰਫੋਰ ਏ ਇਜ ਇਕੁਅਲ ਟੂ ਸੀ, ਵੀ ਇਹਨੇ ਆਹ ਕੰਮ ਕੀਤਾ, ਇਹਦਾ ਸੈਂਟਰ ਨੂੰ ਫਾਇਦਾ ਹੋਇਆ, ਇਸ ਕਰਕੇ ਇਹ ਸੈਂਟਰ ਦਾ ਬਣਦਾ। ਤੁਹਾਡੇ ਕਿਸੇ ਗੱਲ ਦਾ ਸੈਂਟਰ ਨੂੰ ਫਾਇਦਾ ਹੋ ਸਕਦਾ, ਪਰ ਇਹ 'ਚੋਂ ਆਟੋਮੈਟਿਕਲੀ ਇਹ ਨਿਕਲ ਜੇ ਵੀ ਇਹ ਤਾਂ ਫਿਰ ਸੈਂਟਰ ਦਾ ਬਣਦਾ। ਇਸ ਤਰ੍ਹਾਂ ਇਹਨੂੰ ਕਹਿੰਦੇ ਨੇ ਇੱਕ ਲੌਜੀਕਲੀ ਐਕਸਟੈਂਡ ਕਰਕੇ ਨਾ ਗੱਲ ਨੂੰ ਵਧਾ ਕੇ ਉਹਤੇ ਦੋਸ਼ ਲਾਉਣਾ। ਮੇਰਾ ਨੁਕਤਾ ਇਹ ਸੀ ਵੀ ਜਿਹੜੀ ਇਹ ਟੈਂਡੈਂਸੀ ਹੈ, ਜਿਹੜੀ ਜਦੋਂ ਇਹ ਪੈ ਜੂਗੀ ਤਾਂ ਤੁਹਾਡੀ ਕੌਮ ਦੇ ਵਿੱਚ ਏਕਤਾ ਨਹੀਂ ਰਹਿ ਸਕਦੀ, ਤੁਹਾਡਾ ਸਭ ਕੁਛ ਆਪਸੀ ਬੇਵਿਸ਼ਵਾਸੀ, ਸ਼ੱਕ ਇੱਕ ਦੂਜੇ ਬਾਰੇ, ਐਗਜੈਕਟਲੀ ਉਹ ਹਾਲਤ ਪੈਦਾ ਕਰਤੀ ਉਹਨਾਂ ਨੇ। ਅੱਜ ਤੁਸੀਂ ਦੇਖੋ ਨਾ ਵੀ ਜਣਾ ਉਹ ਉਹਨੂੰ ਕਹਿ ਰਿਹਾ ਵੀ ਏਜੰਸੀਆਂ ਦਾ ਬੰਦਾ, ਉਹ ਉਹਨੂੰ ਕਹਿ ਰਿਹਾ, ਹਰ ਕੋਈ ਇੱਕ ਦੂਜੇ ਬਾਰੇ ਸ਼ੱਕੀ ਹੈ। ਅਤੇ ਇਹ ਇਕੱਲਾ ਇੱਥੇ ਨਹੀਂ, ਮੈਂ ਤਾਂ ਸ਼ਹੀਦ ਭਗਤ ਸਿੰਘ ਬਾਰੇ ਪੜ੍ਹ ਰਿਹਾ ਸੀ, ਜਿਹੜੇ ਉਹਦੇ ਸਾਥੀ ਜਿਨ੍ਹਾਂ ਨੇ ਨਾਲ ਕੰਮ ਕੀਤਾ, ਉਹਨਾਂ 'ਚੋਂ ਇੱਕ ਬਹੁਤ ਹੀ ਜਿਹੜਾ ਇੰਪੋਰਟੈਂਟ ਆਗੂ ਬੰਦਾ, ਉਹ ਲਿਖ ਰਿਹਾ ਵੀ ਸਾਡੇ ਬੰਦੇ ਤਾਂ 15 ਸੀਗੇ, ਵੀ ਸਾਡੀ ਹਾਲਤ ਅਖੀਰਵੇਂ ਹੋ ਗਈ ਸੀ, ਹਰ ਇੱਕ ਦੀ ਨਜ਼ਰ 'ਚ ਦੂਜਾ ਸ਼ੱਕੀ ਸੀ, ਇੰਨੀ ਸ਼ੱਕ ਅਤੇ ਬੇਵਿਸ਼ਵਾਸੀ। ਸੋ ਉਹ ਗੱਲ ਕੀ ਹੈ, ਜਿੱਥੇ ਨਿੱਜ ਹੈ ਨਾ ਕਿਤੇ ਮੈਂ ਹੈ, ਵੀ ਮੈਂ ਅੱਗੇ ਨਿਕਲ ਜਾਏ ਪਿੱਛੇ ਰਹਿ ਜਾਏ। ਈਵਨ ਮਰਨ 'ਚ ਵੀ ਹੁੰਦਾ ਕਈ ਵਾਰ ਬੰਦਿਆਂ ਦਾ ਵੀ ਮੇਰੀ ਬੱਲੇ ਬੱਲੇ ਹੋਵੇ, ਅਤੇ ਇਸ ਕਰਕੇ ਮਤਲਬ ਬੰਦੇ ਕੰਮ ਤਾਂ ਕਰ ਜਾਂਦੇ ਨੇ, ਕੁਰਬਾਨੀਆਂ ਵੀ ਕਰ ਜਾਂਦੇ ਨੇ, ਪਰ ਮੈਂ ਨਹੀਂ ਮਰਦੀ ਹੁੰਦੀ। ਸੋ ਇਹ ਜਿਹੜੀ ਮੈਂ ਹੈ ਨਾ, ਵੀ ਤੁਸੀਂ ਉੱਥੋਂ ਚੀਜ਼ਾਂ ਨੂੰ ਦੇਖਣਾ, ਫਿਰ ਤੁਹਾਨੂੰ ਚੀਜ਼ਾਂ ਕਿਸੇ ਵੱਡੇ ਫਰੇਮ 'ਚ ਨਹੀਂ ਦਿਖਦੀਆਂ, ਇੱਕ ਨੈਰੋ ਫਰੇਮ 'ਚ ਦਿਖਦੀਆਂ। ਤੁਸੀਂ ਦੇਖੋ ਪਿੰਡਾਂ ਦੇ ਵਿੱਚ ਆਪਣੇ ਕਿਵੇਂ ਚੱਲਦਾ, ਇਹਨੂੰ ਕਹਿੰਦੇ ਆਪਾਂ ਇੱਕ ਪੇਂਡੂ ਜਾਂ ਨਜ਼ਰੀਆ। ਪਿੰਡਾਂ 'ਚ ਆਪਣੇ ਦੇਖਿਆ, ਘਰ 'ਚ ਪਰਿਵਾਰ 'ਚ ਲੜਾਈ ਹੋ ਗਈ ਨਾ, ਭਰਾਵਾਂ 'ਚ ਜਾਂ ਹੋਰ, ਹੈ ਨਾ, ਉਦੋਂ ਬੰਦੇ ਨੂੰ ਹੋਰ ਕੁਛ ਨਹੀਂ ਸੁੱਝ ਰਿਹਾ ਹੁੰਦਾ ਵੀ ਕਿਹੜਾ ਮੈਂ ਇਹਦੀ ਬੂਥ ਲਵਾਉਣੀ, ਸਾਰੀ ਗੱਲ ਵੀ ਹੋਰ ਕੀ ਹੈ, ਕੁਛ ਨਹੀਂ। ਫਿਰ ਉਹਨੂੰ ਹਰ ਗੱਲ ਪਿੱਛੇ ਵੀ ਇਹਨੇ ਮੇਰਾ ਆਹ ਕਰਵਾਇਆ, ਇਹਨੇ ਕਰਵਾਇਆ, ਹੋਰ ਕੁਛ ਵੀ ਹੋ ਜੇ ਉਹਦੇ 'ਤੇ ਇਹ ਜਿਹੜਾ ਫੀਅਰ ਹੈ ਨਾ, ਇਨਸਕਿਓਰਿਟੀ, ਡਰ 'ਚੋਂ, ਤੋ ਇਹਦੇ ਵੀ ਜਸਵੰਤੋਂ ਖਾਦਰ ਨੇ ਲਿਖਿਆ ਸੀ ਫੀਅਰਸ ਆਫ ਸਾਈਕੋਸਿਸ। ਕਹਿੰਦਾ ਏਜੰਸੀਆਂ ਵਾਲੀ ਗੱਲ ਕਿੱਥੋਂ ਆਉਂਦੀ ਹੈ, ਵੀ ਉਹ ਵੀ ਏਜੰਸੀਆਂ ਦਾ, ਉਹ ਵੀ ਏਜੰਸੀਆਂ ਦਾ, ਉਹ ਵੀ ਜਿਹਦਾ ਮਤਲਬ ਮਨ 'ਚ ਕਿਤੇ ਫੀਅਰ, ਡਰ ਪਿਆ, ਬਹੁਤ ਨਿਰਭਾਉ ਨਹੀਂ ਬੰਦੇ, ਬੰਦੇ 'ਚ ਸਵੈ ਵਿਸ਼ਵਾਸ ਹੀ, ਪੈਰ ਪੈਰ 'ਤੇ ਦੁਸ਼ਮਣ ਦਿਸੀ ਜਾਂਦਾ, ਪੈਰ ਪੈਰ 'ਤੇ। ਉਹਨੇ ਉਦਾਹਰਨਾਂ ਦਿੱਤੀਆਂ, ਕਹਿੰਦਾ ਮਤਲਬ ਹੁਣ ਇਤਿਹਾਸ 'ਚੋਂ ਉਦਾਹਰਨਾਂ ਦਿੱਤੀਆਂ ਵੀ ਜਦੋਂ ਇਸ ਤਰ੍ਹਾਂ ਡਰ ਪੈ ਜਾਂਦਾ ਨਾ, ਉਹ ਕਹਿੰਦਾ ਵੀ ਜਦੋਂ ਸਿੱਖਾਂ ਦਾ ਡਰ ਪੈ ਗਿਆ ਸੀ ਮੁਗਲਾਂ 'ਤੇ, ਉਹਨਾਂ ਨੂੰ ਝਾੜੀਆਂ 'ਚੋਂ ਵੀ ਸਿੱਖ ਦਿਸੀ ਜਾਂਦੇ ਸੀ। ਇਸ ਤਰ੍ਹਾਂ ਸਿੱਖਾਂ ਦੀ ਹਾਲਤ ਹੋਈ ਪਈ ਹੈ, ਉਹਨਾਂ ਨੂੰ ਮਤਲਬ ਇੰਨਾ ਡਰ ਪੈ ਗਿਆ ਆਹ ਵੀ ਏਜੰਸੀਆਂ ਦਾ। ਫਿਰ ਉਹਨੇ ਇੱਕ ਗੱਲ ਲਿਖੀ ਸੀ, ਕਹਿੰਦਾ ਇਹਨਾਂ ਨੂੰ ਪਤਾ ਹੀ ਨਹੀਂ ਏਜੰਸੀਆਂ ਕੰਮ ਕਿਵੇਂ ਕਰਦੀਆਂ। ਕਹਿੰਦਾ ਸੱਚੀ ਗੱਲ ਇਹ ਹੈ, ਇਹਨਾਂ 'ਚੋਂ ਕੋਈ ਬੰਦਾ ਵੀ ਏਜੰਸੀਆਂ ਦਾ ਕੰਮ ਕਰਨ ਦੇ ਯੋਗ ਹੀ ਨਹੀਂ, ਮਤਲਬ ਕੁਆਲੀਫਾਈ ਵੀ ਨਹੀਂ ਕਰਦਾ ਵੀ ਇਹੋ ਜਿਹੇ ਬੰਦਿਆਂ ਨੂੰ ਰੱਖਣਗੇ। ਉਹ ਬਾਦਲ ਨੂੰ ਅੱਜ ਵੀ ਏਜੰਸੀਆਂ ਦਾ ਕਹਿੰਦੇ ਨੇ, ਏਜੰਸੀਆਂ ਦਾ ਕੀ ਮਤਲਬ, ਉਹ ਤਾਂ ਊਂ ਪਤਲਾ ਜਿਹਾ ਉਹਦਾ, ਜੇ ਉਹ ਕਹਿੰਦੇ ਨੇ ਵੀ ਪੰਜਾਬ ਦੀ ਬਰਬਾਦੀ ਜਿਹੜੀ ਹੈ, ਤਾਂ ਹੋਵੇ ਨਾ ਵੀ ਜੇ ਉਹਨੇ ਕੋਈ ਵਿੱਚ ਘੁਸਪੈਠ ਕੀਤੀ ਹੋਵੇ, ਉਹਦੀ ਇੱਕ ਕਲੀਅਰ ਕੱਟ ਪੋਲੀਟਿਕਸ, ਉਹਨੇ ਸੈਂਟਰ ਨਾਲ ਰਲ ਕੇ ਚੱਲਣਾ, ਕੋਈ ਹੈ ਭਾਵੇਂ ਕੋਈ ਸੈਂਟਰ ਦੇ ਵਿੱਚ ਹੋ। ਇਹ ਇਕੱਲੇ ਬਾਦਲ ਦੀ ਨਹੀਂ, ਇਹ ਕੌਮ ਦੇ ਵਿੱਚ ਇੱਕ ਵਰਗ ਹੈ, ਹਮੇਸ਼ਾ ਹੀ ਹੈ, ਉਹਦੀ ਇਹ ਪੋਲੀਟਿਕਸ ਦੀ ਲੋੜ ਹੈ ਵੀ ਮੈਂ ਸੀਟ 'ਤੇ ਬਣਿਆ ਰਹਿਣਾ, ਮੈਂ ਸੀਟ 'ਤੇ ਬਣਿਆ ਰਹਿਣਾ, ਉਹਦੇ ਵਾਸਤੇ ਕੋਈ ਵੀ ਕ੍ਰਾਈਮ ਕਰ ਲੂ।
मेरा पॉइंट ये नहीं सी भी अकाली कोई क्राइम नहीं किया उन्होंने जो नहीं कर सकता, पर अपनी जे आप गल करिए पिछली वीडियो दे टोटा कढ़ के अकालिया ने बहुत वड्डे लैवल ते शेयर करिया ते उहदे विच कहा कि देखो कि साडे ते झूठे दोष लगदे आए ने, इह की इस इन्हां चीज़ों तो मुक्त हो जाते हैं वह जिस तरीके ने जे आप SGPC जे आप SGPC की गल करिए उत्थे इन्होंने घाण करिया, जे आप विद्यक ढांचे की गल करिए उत्थे घाण करिया, ओह वी गल छड्डो ईवन ते दरबार साहिब ते हमले वाली गल नहीं करिए उहदे च वी इह दोष तो मुक्त नहीं हुंदे। एक हिसाब नाल इन्होंने कंट्रीब्यूट किया, मैं जिहड़ी गल ते जोर दे रहा सी ना इह कहना वी यार इन्होंने बुलाया इन्होंने कहे तो किया स्टेट ऐ फैसले नहीं करती, हालांकि हमले का किसी को पता नहीं। हम तो वो जो ब्यूरोक्रेट है जिन्होंने इंदिरा गांधी के नाल काम किया बड़े अफसर ने उन्होंने किताबा आ गई, PC लैगजेंडर है उसका प्रिंसीपल सैकटरी सीगा उन्हें किताब लिखी है इन द कोरिडोरस ऑफ पावर, थोड़ा उतों सरकार की फंक्शनिंग का पता लगता एक छोटी जुड़ली होंगी छोटी जी मतलब पता बंदे कौन सी इंदिरा गांधी से अरुण नहरू से अरुण सिंह सीगा KP सिंह देओ से PC चिदंबरम राजीव गांधी सो ये कुछ बंदे से ये रातों मतलब उन्होंने फिर दत्तिया रात मीटिंगा कदों होंगे मैं तो हैरान होया मीटिंगा होंगे 2 बजे तो बाद आ जाए सो छोटा ग्रुप बैठता बड़े सीक्रेटली फैसले करता सारी सिचुएशन का हिसाब लाता हूँ जो हमला कहदे वास्ते किया अकालिया के कहे जे किया जिहदा मतलब सेंटर का तो कोई एजेंडा ही नहीं अकालिया का काम किया उन्होंने फिर अकालिया की वह सेवा कर रहे हैं कि अकाली उन्हों की सेवा कर रहे हैं उन्हों का नेशन बिल्डिंग का प्रोजैक्ट से मैं किताब के डिटेल से दसिया ये लोड़ सी उन्हों की एक जिम्मे स्ट्रोंग स्टेट साबित करने वास्ते कोई उन्हें झटकाने से झटकाने कोई घट गिनती से मुसलमाना तो औखा से उस मौके इस करके भी सिख ही टारगेट बनते थे सौखा यह हो गया कि संत उन्होंने एक हिसाब न वो संतों दिन गलों एक्टिविटी आधार बना के वो देश एक माहौल सिर सकते हूँ आप थोड़ा कह दें भी संतान ने उन्होंने सौखा करता संत आपकी पॉलिटिक्स कर रहे हैं जो उन्होंने वास्ते कोई सौखा हो गया संतान थोड़ा जिम्मेवारी है सौखा भी की हो गया सिटे देख लिये ये भी सवाल खड़ा हो जाना संत पॉलिटिक्स कर रहे थे देखो हम पॉलिटिक्स तो बिना तो कुछ नहीं होंगे दैट में तो आप कही भी संत बिल्कुल ही कोई पॉलिटिक्स नैगेटिव अर्थ है ना एक सच्ची पॉलिटिक्स देखो अपना जो प्रिंसीपल है कि सियासत तो धर्म का कुंडा हो धर्म तो सियासत का ना हो जो आप कहने सियासत तो धर्म का कुंडा जिदा मतलब सदाचार सियासत करनी है सच्ची सुची कुछ झूठ ना हो कुछ अनैतिकता ना हो ठीक है ना यही मतलब है दा। सो संतां दी सियासत उत्ते धर्म उन्हां दी सियासत धर्म चो निकल रही सी धर्म नूं सर्व कर रही सी ना कि जिहड़ा धर्म है वह सियासत नूं सर्व कर रहा वह धर्म नूं मजबूत किया उन्होंने सियासत च की खटिया दैट वे उन्होंने जे सत्ता का लालच नहीं सी पर सत्ता का लालच नहीं सी उन्हां दा तां इह सी वी उन्होंने पंथ की जो हालत देखी जिन्नी उन्होंने लग्या कि इहदे च गिरावट आ गई उस तो उन्होंने उन्होंने क्ढना से क्ड के दिखाया तो मुड़ के फिर अज तक तुम देख लो मतलब तो कित भी जोड़ा है हूँ जी गल है ना आप थोड़ी जी इस गल होर कुछ उदाहरण ना गल करते हाँ कि जो बंदा नैतिकता का पला छड़ता वो कदों छड़ता एक तो वो राजनीतिक कोई होंगे लालच जिम्मे करना ठीक है ना जिदा मतलब वह गर्जा की राजनीति है लोभ की राजनीति प्रिंसीपल की एक होर भी प्रॉब्लम है देखी है जी साड़ी सोसाइटी है वो है भी थोड़े जेडे जिन्हों मैं पिछली बार कहा सेंस ऑफ प्रपोर्शन विरोध हर थान हो संघर्ष करद थोड़े दुश्मन ना भी एक विरोध है तो कुछ थोड़े विरोध अंदर भी हो कुछ अकालियों ईवन कुछ जुझारू लहर के अंदर वो कैंप हमेशा ही हाँ ईवन एक फोर्स एक जथेबंदी के अंदर भी व्यक्तियों के रहन एक दूजे पसंदगियां ना पसंदगियां सेंस ऑफ प्रपोर्शन तो मेरा भाव से भी थोड़े को नीज ते दृष्टि होनी चाहिए है उन्होंने सही थां ते रख सको भी किहड़े विरोध की किहड़ी जगह किहड़े विरोध की किहड़ी जगह जिहड़ा दुश्मन ना थोड़ा बाहरले दुश्मन ना विरोध है वह दुश्मनाना विरोध
वो दुश्मना वागू ही लिठा है, वो मुख विरोध है, सारी शक्ति थोड़ी वो लगो जी। पर वो कुछ करता थोड़े कुछ अंदर भी विरोध, वो थोड़े अपने च विरोध कौम के अंदर। अकालियों आप हिसाब ना अपने कह सकते हैं भी है तो सिख ही ना, हमें फिर कोई बंदा गलत अर्थ ले लूगा। जो थोड़ी कौम के अंदर ही कोई गलत सोचा है वो थोड़े घर के अंदरले विरोध है, उन्होंने जगह होर हो ये नहीं भी यार उन्होंने छोड़ो हम पहले इन्होंने ठीक करो। यही एक कारण रहा कि भाई दलजीत सिंह बिट्टू तो भी दोष लगते हैं, जो राह खुल गया जो जिते मसला ही नहीं कित आया भी नैतिक की तो अनैतिक की, किसी ने मंगे ही नहीं भी एविडेंस दे के गल करो जी, है ना। हम जो मैं चिट्ठिया वाली गल करती भी जो पैड ही पता है वो पैड ही नहीं अकाली दल का, वो तो फोन नंबर अकाली दल का कि बड़ा सबूत है। ये भी कहें कि तलवंडी ने करवाया अकालियों ने बड़ी जोर दे के गल प्रचारी है। अपने वास्ते गल मायने नहीं रखती, इतने नाल ही एक चिट्ठिया के नाल एक पहला होर दोष भी लगता है कि अकाली आगू जो हमला होया हाथ खड़े करके बाहर आए तुम उस दोष में भी क्या भी वह भी झूठा सी, पर हाथ खड़े करने यार उन्होंने हाथ खड़े वो करता हों जो गोल हथियार हो हथियार सुटते हाथ खड़े करो, सराम वाले पास उन्होंने किसी तो हथ खड़े नहीं कराए, ना हरमिंदर संधु ने ना विरसे बलटोए ने किसी ने, हालांकि इन्होंने को हथियार से पर इन्होंने पहले पासे करते हथियार जिदा लड़द्या को हाथ च हो भी हथियार सुट तो हथ खड़े कर, यह होंगे जंग। अकालिया ने तो जंग लड़नी नहीं सी कदे भी नहीं, अकालिया ने की जंग लड़नी सी, वो तो कदे भी नहीं उन्होंने भी हथियार ना लड़ांगे, वो तो उन्होंने चलो एवं दम गजे से ना भी साढ़े मर्जी उड़े जे वो तो सारा कुछ नंगा हो गया, ना ये इशू ही नहीं हाथ खड़े किते कि नहीं किते, तो वह तो उन्होंने मतलब भी आओ सू फड़ लो, वो जाके उन्होंने फड़ लिया, इन्नी की गल हुई है। ये थोड़ा वो बड़े सूरमे बन गए भी असं हाथ नहीं खड़े किते, वो जो उन्होंने कहते हाथ खड़े करो उन्होंने एक मिनट जो कर लेने, पर सिविलियन पापूलेशन तो हाथ कोई खड़े करा नहीं होंगे, फाइटर तो करवा, ये माण उन्होंने नहीं देना सी भी उन्होंने कोई सूरमे बना के वो हाथ खड़े करवा। पर जो आप वीडियो फुटेज देखते उस समय दिया एपी चैनल दिया तो जेडे ने सिविलियन से उन्होंने तो भी हाथ खड़े करवाए ने, वो जितों कित उन्होंने खतरा लगे लगे ना भी है तो कोई खतरा है भी कोई यह जहाँ को हथियार ना हो कोई यह जी गल ना हो, अकालिया तो उन्होंने पक्का ही पता सके तो कोई रौले नहीं ना अकालिया तो यह हम जो बंदे मतलब कहते भी साढ़े को फलाने के सामने ये गल हुई आ एक बंदा मैं कित सुन रहा संत खालसा के सामने लौंगोवाल ने फोन किया इंदिरा गांधी भी हूँ कदों आओगे अजे जिमें पिंड अकाली तरले लै रहे लिंक जुड़ जाए केंद्र नाल फोन कर पता ही नहीं फोन सब कट्टे जा चुके हैं अकालियों उत्थे किने पुछना सीगा जी अकालिया की औकात है ना तुम मतलब वो तो बहुत छोटी है असं एवें आपके विरोध के उन्होंने बड़े ना भी जिम्मे उन्होंने बहुत चलती आ देखो किमें कढ़िया मोदी ने एमरजेंसी जो लगी है सवर्ण सिंह विदेश मंत्री से एड्डी उन्हें सेवा मतलब उन्होंने की पंत कौम ना गदारी करके गुरदयाल सिंह ढिल्लों लोग सभा का स्पीकर सिकेंट च दोवें जिमें मुछ दे बाल कट के मारी देना इंदिरा गांधी ने उदी कट के मारी आ सिख जिहड़े सेवा भी करते उन्होंने जो अज भी करी जाते हैं वो सारे ना होनी आई है। जैल सिंह की भी गल कर ली उन्होंने जैल सिंह मतलब तो किन्ना काम लिया तो मुड़ के उन्होंने मतलब किमें जलील करके भी जा तू ऐसे लै की सो गदारा नाल मतलब होंगी तो इस तरह जो कौम का अपनी गदारी करके उस तरह जाते सो ये जी मैं पहले गल की सी एक ये आ गल दूजी गल जी हैगी भी तुसी आपदे किसी जेडे जाति विरोध वो जाति विरोधा सिद्धांतक रंगत दे के भी तुसी विरोधी इस तरह पेश करो कि कौम का बहुत बड़ा ये तो सेंटर का ये तो दुश्मन ना रलिया हुआ बंदा जाति विरोध चो होर कोई गल नहीं मतलब गल नूं वधा के तोड़ मरोड़ के पेश करना इहदी मैं तुहानूं उदाहरण एक सिक्के बन दिंदा आ पिछे जे सिख कॉकस दा रौला जी ठीक है ना हुण सिख कॉकस दी गल की है जिन्हों अमरीकी राजनीति दा पता है उन्हों पता है कि उत्थों दी जिहड़ी पार्लीमेंट है जां सैनेट ते कांग्रेस है ना उत्थे जो भी हुंदा है भी किसे ने आपदी कोई गल दी पैरवाई करवाउणी
भी साढ़े पक्ष च कोई नीति आ जाए कोई फैसला हो जाए उन्होंने उत्थे कन्वेंसिंग करनी लॉबिंग करनी पैंदी है ना। वो लॉबिंग वास्ते वो एक उन्होंने रीत बनी हुई है कि कुछ मैंबर कॉकस बना लेंगे है ना, वो होंगे सैनेट मैंबर है तो कांग्रेस के मैंबर उन्होंने मतलब वो हैर कर अमरीका दे विच कुछ भी मुफ्त नहीं, सारे अमरीका तुहानू पानी का एक घुट भी मुफ्त नहीं मिलू, हर चीज़ पैसे ना मिलनी है। सो जो कॉकस भी है थोड़े पक्ष च भी किसी ने बोलना पार्लीमेंट च जां सैनेट जां कांग्रेस च उन्हें भी पैसे लेके करना, मुफ्त च कुछ नहीं होना। सो उत्थे फिर की है भी अड अड कॉकस बने हुए है वो फिर जिहड़े उत्थे अंदर लॉबिंग करते हैं भी मते रखते हैं ना मते मूव करते हैं, ये एक रीत अमरीका दे विच चली हुई है। हुण एक गल इत्थे समझण वाली कि जिहड़ा तां है कि उत्थे दे इंटरनल डोमैसटिक मामले घरेलू वो तो गल बखरी है ना, उत्थे तां वी इत्थे जी अपने अंदर दे मामले उत्थे उन्हां ते कोई मता पास करना है। एक ने जिहड़े बंदे विदेशी नीति नाल संबंधित कौमांतरी मसले इस गल दा तां मेरा ख्याल सारिआं नूं किसे नूं भुलेखा नहीं रहना चाहीदा कि दुनिया का कोई भी राज मौर ते एथिकल आधार ते कोई नीति नहीं बना अपने नंगे इंटरैसट देख के कोई नीति बना जी जी। अमरीका एक इंपीरियलिस्ट कंट्री है सुपर पावर है सारी दुनिया च उहदे इंटरैसट पए ना ना उन्हें की देखना है, उन्हें यह नहीं देखना यार फलाने देश च बड़े जुलम होया तो उहदा मन तसीज जे उन्हें मॉरल ग्राउंड ते कुछ नहीं करना, जे उहदी उस देश नाल दोस्ती है उत्थे अखां बंद कर लू बिल्कुल जो मर्जी हो जा, जे दुश्मनी है उत्थे फिर माड़ी जी गल भी कोई होगी उन्होंने इशू बना स्टेट फंक्शन ऐ करती है ठीक है ना। मैं तो ये गल हूँ इस गल का सारे पता है, जे इस गल का भी नहीं किसी पता फिर तो बहुत ही तरसयोग गल है ना। हुण उत्थे मतलब बंद ने यह रौला पाता भी यार एक सिख कॉकस बनया होया है तो उन्होंने अजे तक इन्ने साल हालांकि चार साल ही हो बने भी इन्ने साल सिख नस्ल कुशी बारे मता ही नहीं पवाया। पर जे गल करिए पीटर फ्रेडरिक ने किताब लिखी है जिद जो मुख बंध हूँ वह कहता सीज इन वाशिंगटन तो सरेंडर इन दिल्ली, ये भी एक बड़ा सवाल खड़ा कर दिता इस चीज़ के उत्ते। फिर यदा जरा एक मिनट फोर जो फॉरवर्ड लिखा वो लिखा राजविंदर सिंह बैंस ने वह भी बड़े सवालों के घेरे च है। नहीं देखो ये बारे मैं गल कर लेना, कारण यह है कि जो पीटर फ्रेडरिक वो कुछ नहीं प्रोक्सी है, किताब उन्हें नहीं लिखी, जो उन्हें लिखी भी है तो लिखाई गई है वो हैर किया हुआ बंदा। मैं तो गल कर रहा मैं सारे पात्रों में जानता मेन उन्होंने टारगेट किया डॉक्टर प्रितपाल सिंह ठीक है ना, मैं डॉक्टर प्रितपाल सिंह बहुत चंगी तरह जानता तो जेडे बंदे ने यह सारी मुहिम बिल्ड की है पीटर फ्रेडरिक का एक चेहरा है जोड़ा बंदा वो सारे पिछे जिन्हें सारा कुछ किया मैं उन्होंने जानता। रादर प्रितपाल ना मेरे संबंध राजनीतिक ज्यादा परसनल उन्हें है नहीं जाति पर उस बंदे नाल तां मेरा बहुत ही जाति भी संबंध है जा रहे कल उहदे नाल नहीं सारे परिवार नाल मतलब उहदे माँ प्यो तो लैके भैन भरावां तो लैके उहदे बच्चे ते भतीजे भाणजां तक किन्हां दे नाल हैं प्रितपाल दे नाल ना ना जिहड़े जिन्हें जिहड़ा उहदा विरोधी है। अच्छा जी मैं उहदा नाम नहीं लैणा मैं नाम नहीं लेना चाहता वो उस एक्चुअली पीटर फ्रेडरिक ने नहीं लिखी, पीटर फ्रेडरिक नूं की पता इत्थे कौन सैनी थे कौन की इत्थे की होया की नहीं हो गोरा है तां वो तो एक हैर किया है बंदा हैर किसी होर मकसद वास्ते किया सी पर वो काम छड के वो चलो इधर नूं तो काम करवा लिया। वो बच्चे किताब दे गुरमीत सिंह औलख की प्रशंसा भी करदा नहीं चलो मैं दस दिना हुण जिहड़ा वो बंदा है पिछे जिहड़ा लिख रहा है उहनूं मैं पिछले 30 साल तो जान बंदे दे विच मैं एक करैक्टर च मैं ताही देखी उस बंदे ने कौम की सेवा भी बहुत की कुरबानी भी है मैं उन्होंने परवाह नहीं की खाड़कू लहर वेले तो उस बाद भी लगातार होर बड़े काम संभालता यही जी कोई गल नहीं हो सारी भावना हैगी है मतलब एक पंथक भावना या कौम की भावना पर एक नुक्स कह लो या स्ट्रीक कह लो भी वह खुंद की बहुत जिदे नाल जाति उन्हें पा लिया ना वैर अपने पिंडां दे विच ऊठ का वैर कहते होंगे जो ऊठ है ना वो मन्निया होया भी जो किसी के वैर पै जाए तो
ਉਹ ਫਿਰ ਉਹਨੂੰ ਨਾ ਮਸਲ ਇਹ ਪਤਾ ਨਹੀਂ ਸੱਚੀ ਆ ਪਤਾ ਨਹੀਂ ਮਿੱਥ ਬਣਿਆ ਹੋਇਆ ਵੀ ਉਹ ਬੰਦੇ ਦੇ ਉੱਤੇ ਬਹਿ ਜਾਂਦਾ ਫਿਰ ਉਹਨੂੰ ਮਾਰ ਕੇ ਹਟਦਾ ਸੋ ਉਹ ਬੰਦੇ 'ਚ ਉਹ ਬਿਰਤੀ ਹੈ ਜਿੱਥੇ ਮੈਂ ਗੱਲ ਕਰਦਾ ਸੀ ਜਿਹੜੇ ਮਨੋਵਿਕਾਰ ਵੀ ਤੁਸੀਂ ਸਾੜਾ ਸ਼ਰੀਕਾ ਅਤੇ ਵਿਰੋਧ ਇੱਕ ਬੰਦੇ ਨਾਲ ਇੰਨਾ ਪਾਲ ਉਹ ਪ੍ਰਿਤਪਾਲ ਸਿੰਘ ਨਾਲੋਂ ਕਿਤੇ ਬਹੁਤ ਪੁਰਾਣਾ ਅਤੇ ਮੈਂ ਤਾਂ ਉੱਥੇ ਜਾ ਕੇ ਹੈਰਾਨ ਹੋਇਆ ਜਦੋਂ ਬੰਦੇ ਐਂ ਕਰ ਰਹੇ ਨੇ ਵੀ ਇਹ ਕੇ ਸੀ ਇੱਥੋਂ ਦਾ ਸੀ ਅਸੀਂ ਕੇ ਐੱਲ ਐੱਫ ਦੇ ਸੀ ਜਿਵੇਂ ਮਿਸਲਾਂ ਦੇ ਵਿਰੋਧ ਹੁੰਦੇ ਨੇ ਅਤੇ ਉਹ ਹੁਣ ਤੱਕ ਉਹ ਚੁੱਕੀ ਤੁਰੇ ਫਿਰਦੇ ਨੇ ਮਤਲਬ ਉਸ ਮੌਕੇ ਜਿਹੜੀ ਕੋਈ ਗੱਲ ਹੋਈ ਉਹ ਛੱਡਦੇ ਹੀ ਨਹੀਂ ਉਹਨਾਂ ਚੀਜ਼ਾਂ ਨੂੰ ਸੋ ਉਹ ਉਹ ਬੰਦੇ 'ਚ ਮਤਲਬ ਮੈਂ ਇਹ ਜਾਣਦਾ ਵੀ ਉਹਦੇ 'ਚ ਜਿਵੇਂ ਅੰਨਾ ਹੋ ਕੇ ਨਾ ਵੀ ਮੈਂ ਤਾਂ ਹੁਣ ਛੱਡਣਾ ਕੱਖ ਉਹਨੂੰ ਇਹ ਮੈਨੂੰ ਪਤਾ ਉਹਦਾ ਇੱਕ ਲੈਵਲ ਹੈ ਮਿਆਰ ਹੈਗਾ ਉਹਨੂੰ ਪਤਾ ਅਮਰੀਕਨ ਪੋਲੀਟਿਕਸ ਕਿਵੇਂ ਕੰਮ ਕਰਦੀ ਉਹਨੂੰ ਇਹ ਪਤਾ ਵੀ ਇੰਡੀਆ ਨਾਲ ਅੱਜ ਅਮਰੀਕਾ ਦੇ ਸਟਰੈਟਜਿਕ ਕੋਲੈਬਰੇਸ਼ਨ ਬਹੁਤ ਨੇੜਲੇ ਸੰਬੰਧ ਹੈ ਅਤੇ ਅਮਰੀਕਾ ਕੋਈ ਵੀ ਇਹੋ ਜਿਹਾ ਗੱਲ ਨਹੀਂ ਕਰੂ ਜਿਹੜੀ ਹਿੰਦੁਸਤਾਨ ਦੇ ਹਾਕਮ ਨਾਰਾਜ਼ ਹੋਣ ਠੀਕ ਹੈ ਸੋ ਇਸ ਕਰਕੇ ਜਦੋਂ ਇਹ ਕੌਕਸ ਬਣਾਉਣ ਵਾਲੀ ਗੱਲ ਚੱਲੀ ਸੀ ਤਾਂ ਕੋਈ ਵੀ ਜਿਹੜਾ ਕਾਂਗਰਸ ਦਾ ਮੈਂਬਰ ਜਾਂ ਸੈਨੇਟ ਦਾ ਮੈਂਬਰ ਅਮਰੀਕਾ ਦਾ ਇਹ ਗੱਲ ਮੰਨਣ ਮਤਲਬ ਪ੍ਰਵਾਨ ਇਹ ਨਹੀਂ ਸੀ ਗੱਲ 'ਤੇ ਸਹਿਮਤ ਹੁੰਦਾ ਵੀ ਅਸੀਂ ਜੋ ਇੰਡੀਆ 'ਚ ਹੋ ਰਿਹਾ ਸਿੱਖਾਂ ਨਾਲ ਵੀ ਉਹਦੇ ਬਾਅਦ ਤਾਂ ਸ਼ੁਰੂ ਗੱਲ ਹੀ ਨਹੀਂ ਕਰਦਾ ਉਹ ਸਾਡੀ ਵਿਦੇਸ਼ ਨੀਤੀ ਦਾ ਮਾਮਲਾ ਉਹਦੇ ਬਾਰੇ ਨਹੀਂ ਤੁਹਾਡੀ ਇੱਥੇ ਕੋਈ ਪ੍ਰੋਬਲਮ ਹੈ ਅਮਰੀਕਾ ਦੇ ਵਿੱਚ ਇੱਥੋਂ ਦੀ ਗੌਰਮੈਂਟ ਤੋਂ ਕੁਛ ਕਰਵਾਉਣਾ ਅਸੀਂ ਸਿਰਫ ਉੱਥੋਂ ਤੱਕ ਤੁਹਾਡੀ ਮਦਦ ਕਰਾਂਗੇ ਸਿਚੁਏਸ਼ਨ ਇਹ ਹੈ ਸਾਰਿਆਂ ਨੂੰ ਪਤਾ ਅਤੇ ਅੱਜ ਅਮਰੀਕਾ ਦੀ ਸਰਕਾਰ ਦੇ ਜਿੰਨੀ ਮੋਦੀ ਸਰਕਾਰ ਨਾਲ ਸਟਰੈਟਜਿਕ ਕੋਲੈਬਰੇਸ਼ਨ ਹੈ ਉਹਦੇ 'ਚ ਉਹ ਸਵਾਲ ਨਹੀਂ ਪੈਦਾ ਹੁੰਦਾ ਵੀ ਕੋਈ ਕਾਂਗਰਸ ਮੈਂਬਰ ਜਾਂ ਸੈਨੇਟ ਮੈਂਬਰ ਹਿੰਦੁਸਤਾਨ 'ਚ ਹੋ ਰਹੇ ਮਨੁੱਖੀ ਹੱਕਾਂ ਦਾ ਉਹ ਸਰਕਾਰ ਨੂੰ ਕੁਛ ਕਰ ਠੀਕ ਹੈ ਨਾ ਉਹ ਜਦੋਂ ਇੱਕ ਕੌਕਸ ਬਣਾਇਆ ਮੈਨੂੰ ਪਤਾ ਉਹ ਬੰਦਿਆਂ ਨੇ ਕਿਹਾ ਵੀ ਅਸੀਂ ਇਹ ਨਹੀਂ ਕਰ ਸਕਦੇ ਹਾਂ ਇੱਥੇ ਤੁਹਾਡੀ ਕੋਈ ਪ੍ਰੋਬਲਮ ਹੈ ਉਹ ਤਾਂ ਸਾਨੂੰ ਅਸੀਂ ਤਿਆਰ ਜਾਂ ਤਾਂ ਕੋਈ ਬੰਦਾ ਇਹ ਕਹੇ ਵੀ ਫਿਰ ਕੀ ਫਾਇਦਾ ਅਸੀਂ ਛੱਡ ਦਿੰਦੇ ਐਵੇਂ ਪੈਸਾ ਇੰਨਾ ਖਰਾਬ ਕੀਤਾ ਪਹਿਲੀ ਗੱਲ ਤਾਂ ਜਿਹੜਾ ਪੈਸਾ ਖਰਾਬ ਕੀਤਾ ਜਿਹੜੇ ਕਹਿੰਦੇ ਨੇ ਪੈਸਾ ਖਰਾਬ ਕੀਤਾ ਉਹਨਾਂ ਤੋਂ ਲਿਆ ਹੀ ਨਹੀਂ ਜਾਂ ਤਾਂ ਹੋਣਾ ਵੀ ਅਸੀਂ ਯਾਰ ਇੰਨਾ ਪੈਸਾ ਇਹਨਾਂ ਨੂੰ ਦੇ ਬੈਠੇ ਉਹਨਾਂ ਤੋਂ ਕੁਛ ਨਹੀਂ ਲਿਆ ਕਾਂਗਰਸ ਦਾ ਪੰਥ ਨੂੰ ਕੀ ਫਾਇਦਾ ਪੰਥ ਨੂੰ ਤੁਸੀਂ ਦੇਖੋ ਨਾ ਅੱਜ ਇੱਥੇ ਬੈਠੇ ਤੁਹਾਨੂੰ ਇਹ ਲੱਗ ਸਕਦਾ ਵੀ ਜੇ ਉਹ ਹਿੰਦੁਸਤਾਨ 'ਚ ਨਸਲਕੁਸ਼ੀ ਦੀ ਗੱਲ ਨਹੀਂ ਕਰਦੇ ਮਨੁੱਖੀ ਹੱਕਾਂ ਦੀ ਗੱਲ ਨਹੀਂ ਕਰਦੇ ਕਿਸਾਨਾਂ ਦੇ ਹੱਕ 'ਚ ਗੱਲ ਨਹੀਂ ਕਰਦੇ ਇਹ ਸਾਨੂੰ ਇੱਥੇ ਬੈਠਿਆਂ ਨੂੰ ਲੱਗਦਾ ਕਿਉਂਕਿ ਇੱਥੋਂ ਵਾਲਿਆਂ ਨੂੰ ਉਮੀਦ ਇਹੋ ਜਾਗਦੀ ਜਿਹੜੇ ਬਾਹਰ ਨੇ ਉਹ ਤਾਂ ਸਾਡੀ ਗੱਲ ਕਰਨ ਕਿਉਂਕਿ ਇੱਥੇ ਤਾਂ ਉਹਨਾਂ ਨੂੰ ਸੁਣੀ ਨਹੀਂ ਜਾਂਦੀ ਨਹੀਂ ਬਾਹਰ ਸਰਕਾਰ ਤੋਂ ਮੰਗ ਕਰਨੀ ਵੀ ਸਰਕਾਰ ਦਬਾਅ ਪਾਵੇ ਸਰਕਾਰ ਦਬਾਅ ਪਾਵੇ ਇੱਧਰ ਉਹਨਾਂ ਨੂੰ ਇਹ ਸਮਝ ਨਹੀਂ ਵੀ ਅਮਰੀਕਾ ਦੀ ਸਰਕਾਰ 'ਤੇ ਦਬਾਅ ਕਿੰਨਾ ਕੁ ਪੈਸਾ ਅਮਰੀਕਾ ਦੀ ਸਰਕਾਰ ਕਿਵੇਂ ਕੰਮ ਕਰਦੀ ਹੈ ਹੁਣ ਜਿਹੜਾ ਉਹ ਕਿਤਾਬ ਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਵੀ ਜਿਹੜਾ ਅਰਮੀਨੀਆ ਵਾਲਿਆਂ ਦੇ ਕੌਕਸ ਨੇ ਅਰਮੀਨੀਆ ਦੀ ਨਸਲਕੁਸ਼ੀ ਦੀ ਉਹ ਕਰਵਾ ਦੀ ਜੀ ਉੱਥੋਂ ਹੈ ਨਾ ਹੁਣ ਤੁਸੀਂ ਦੇਖੋ ਅਰਮੀਨੀਆ ਦਾ ਮਾਮਲਾ ਕੀ ਹੈ 1915 ਸਾਲ ਤੋਂ ਵੱਧ ਹੋ ਗਿਆ ਜਦੋਂ ਨਸਲਕੁਸ਼ੀ ਹੋਈ ਸੀ ਉਦੋਂ ਦੀ ਜੋਕੋਸ਼ ਕਰ ਰਹੇ ਨੇ ਨਾ ਅਤੇ ਕੌਕਸ ਬਣੇ ਨੂੰ ਵੀ ਕਿੰਨੇ ਸਾਲ ਹੋ ਗਏ ਅਰਮੀਨੀਆ ਵਾਲਾ ਉਹ ਨਹੀਂ ਕੁਛ ਕਰਵਾ ਸਕੇ ਜਿੰਨਾ ਚਿਰ ਅਮਰੀਕਾ ਦੇ ਟਰਕੀ ਨਾਲ ਕਿਉਂਕਿ ਨਸਲਕੁਸ਼ੀ ਟਰਕੀ ਨੇ ਕੀਤੀ ਸੀ ਸੋ ਜਿੰਨਾ ਚਿਰ ਟਰਕੀ ਨਾਲ ਸੰਬੰਧ ਸੀ ਠੀਕ ਉਹਨਾਂ ਚਿਰ ਕੋਈ ਵੀ ਉੱਥੇ ਮਤਾ ਨਹੀਂ ਸੀ ਪੈ ਸਕਿਆ ਜਿੱਦੇ ਵਿਗੜ ਗਈ ਉਦੇ ਮਤਾ ਪੈ ਸੋ ਇਹਦਾ ਮਤਲਬ ਉੱਥੇ ਵੀ ਨਿੱਜੀ ਮਫਾਦ ਦੀ ਖੇਡ ਆ ਜਿਹੜੀ ਨਿੱਜੀ ਨਹੀਂ ਸਟੇਟ ਦੇ ਨਿੱਜੀ ਨਹੀਂ ਉਹ ਸਟੇਟ ਦੇ ਸਾਂਝੇ ਆ ਅਮਰੀਕਨ ਜਿਹਨੂੰ ਇੰਟਰਸਟ ਕਹਿੰਦੇ ਨੇ ਨਾ ਉੱਥੇ ਕੋਈ ਐਂ ਨਹੀਂ ਵੀ ਬੁਸ਼ ਦਾ ਜਾਂ ਆਪਣੇ ਦਾ ਟਰੰਪ ਦਾ ਇਸ ਤਰ੍ਹਾਂ ਜਾਂ ਬਾਈਡਨ ਦਾ ਇਹ ਨਹੀਂ ਉਹਨਾਂ ਉਹਨਾਂ ਦੇ ਇੱਕ ਸਾਂਝੇ ਕਲਾਸ ਦੇ ਇੰਟਰਸਟ ਜਿਹੜੀ ਰੂਲ ਕਰ ਰਹੀ ਕਲਾਸ ਉਹ ਦੇਖਦੀ ਆ ਉੱਥੇ ਇੰਨਾ ਸੌਖਾ ਬਸ ਹੁਣ ਇਹ ਸਾਰੀਆਂ ਗੱਲਾਂ ਦਾ ਉਸ ਬੰਦੇ ਨੂੰ ਪਤਾ ਵੀ ਇਹਦੇ 'ਚ ਪ੍ਰਿਤਪਾਲ ਦਾ ਦੋਸ਼ ਨਹੀਂ ਪਰ ਇਹ ਹੈ ਵੀ ਚਲੋ ਇਹ ਇੱਕ ਸੈਂਟੀਮੈਂਟ ਹੈ ਇਮੋਸ਼ਨਲ ਹੈ ਇਹ ਤਾਂ ਇਹਨੂੰ ਰਗੜਿਆ ਜਾ ਸਕਦਾ ਛੱਡ ਦਿਓ ਅਰਜ ਕੀ ਹੈ ਚਲੋ ਕੌਕਸ ਦੀ ਗੱਲ ਕਰ ਲੈਂਦਾ ਜਿਹੜਾ ਸੀਜ਼ਨ ਦਿੱਲੀ ਮਤ ਤਕਲੀਫ ਜਿਹੜੀ ਹੁੰਦੀ ਨਾ ਇੱਕ ਸਾੜਾ ਅਤੇ ਸ਼ਰੀਕਾ ਵੀ ਜਦੋਂ ਲੱਗਾ ਵੀ ਪ੍ਰਿਤਪਾਲ ਸਿੰਘ ਤਾਂ ਕਿਸਾਨੀ ਸੰਘਰਸ਼ 'ਚ ਮਦਦ ਕਰਕੇ ਆਪਦਾ ਕੋਈ ਚੰਗਾ ਪ੍ਰਭਾਵ ਬਣਾਈ ਜਾਂਦਾ ਉਹਨਾਂ ਨੇ ਮਦਦ ਕਰੀ ਮਦਦ ਕੀਤੀ ਉਹਨਾਂ ਨੇ ਆਹ ਕਿੰਨਾ ਸਮਾਨ ਮਤਲਬ ਉਹਨਾਂ ਨੇ ਇੱਕ ਬਕਾਇਦਾ ਉੱਥੇ ਹੁੰਦੀ ਸੰਸਥਾ ਲੰਗਰ ਦੇ ਵਿੱਚ ਹਾਂ ਨਹੀਂ ਇਕੱਲੀ ਲੰਗਰ ਨਹੀਂ ਮਤਲਬ ਉੱਥੇ ਜਿਹੜਾ ਵੀ ਹੋਰ ਸੀ ਟੈਂਟਾਂ ਦੀ ਗੱਲ ਹੈ ਕੰਬਲਾਂ ਦੀ ਗੱਲ ਹੈ ਜਾਂ ਆਪਣਾ ਸਭ ਤੋਂ ਵੱਡੀ ਤਾਂ ਉਹਨਾਂ ਨੇ ਉਹ ਕੀਤੀ ਹੈ ਜਿਹੜੇ ਬਾਥਰੂਮ ਵਗੈਰਾ
ਟੋਇਲਟ ਠੀਕ ਹੈ ਜੀ ਟੋਇਲਟ ਬਹੁਤ ਵੱਡੀ ਪੱਧਰ ਦੇ ਉੱਤੇ ਕਰੀਬੀ ਤੇ ਇੱਥੇ ਵੀ ਉਹਨਾਂ ਨੇ ਕੀਤੇ ਮੈਂ ਲੱਖਾਂ ਡਾਲਰ ਉਹਨਾਂ ਨੇ ਇਸ ਗੱਲ 'ਤੇ ਲਾ ਦਿੱਤੇ ਇਹ ਕਿਸੇ ਤੋਂ ਸੰਗਤ ਤੋਂ ਇਕੱਠੇ ਕਰੇ ਸੀ ਜੀ ਆਪਣੇ ਵੱਲੋਂ ਉਹ ਦੇਖੋ ਆਪ ਵੀ ਅਮੀਰ ਪਰ ਸੰਗਤ ਵੀ ਹੈਗੀ ਜੀ ਜੀ ਇਸ ਕੰਮ ਵਾਸਤੇ ਸੰਗਤ ਵੀ ਕਰਦੀ ਜੀ ਜੀ ਹੁਣ ਇਹ ਹੈ ਵੀ ਇਹ ਬੰਦੇ ਕੁਛ ਕਰ ਨਾ ਸਕੇ ਇੱਥੇ ਉਹ ਕਰ ਗਿਆ ਇਹ ਨਾ ਜਰਿਆ ਗਿਆ ਮਤਲਬ ਕਿੰਨੀ ਬੇਈਮਾਨੀ ਨਾਲ ਕੀ ਐਂਗਲ ਦਿੱਤਾ ਇੱਧਰ ਜੋੜਤਾ ਜਾ ਕੇ ਕਹਾਣੀ ਬਿਲਕੁਲ ਹੀ ਖਾ ਮਖਾ ਜਿਹਦਾ ਕੋਈ ਤੁੱਕ ਨਹੀਂ ਬਣਦੀ ਵੀ ਇੱਥੇ ਜਿਹਦਾ ਮਤਲਬ ਇਹ ਬੰਦਾ ਹੈਗਾ ਗਲਤ ਗਲਤ ਕੀ ਹੈ ਫਿਰ ਵੀ ਇਹ ਸੈਣੀ ਦਾ ਰਿਸ਼ਤੇਦਾਰ ਜੀ ਇਹ ਕਿਹਾ ਜਾਂਦਾ ਹਾਂ ਹੁਣ ਜਿੱਥੇ ਮੈਂ ਗੱਲ ਕਰਦਾ ਨਾ ਇੱਕ ਮੋਰੈਲਿਟੀ ਦੀ ਨੈਤਿਕਤਾ ਦੀ ਐਥਿਕਸ ਦੀ ਵੀ ਤੁਸੀਂ ਗੱਲ ਉਹ ਕਹੋ ਜਿੰਨੀ ਕੁ ਹੈ ਉਹ ਗੱਲ ਦਾ ਵਜਨ ਵਧਾਉਣ ਵਾਸਤੇ ਪਤਾ ਕੀ ਲਿਖਿਆ ਉਹਦੇ 'ਚ ਵੀ ਸੁਮੇਧ ਸੈਣੀ ਦਾ ਰਿਸ਼ਤੇਦਾਰ ਹੈ ਸੁਮੇਧ ਸੈਣੀ ਜਿਹਨੇ ਆਪਦਾ ਕੋਈ ਰਿਸ਼ਤੇਦਾਰ ਵੀ ਨਹੀਂ ਛੱਡਿਆ ਜੀ ਇਹਨੂੰ ਕਿਵੇਂ ਛੱਡਦਾ ਹਾਂ ਹੁਣ ਤੱਥ ਕੀ ਹੈ ਸੱਚਾਈ ਕੀ ਹੈ ਵੀ ਸੁਮੇਧ ਸੈਣੀ ਨੇ ਆਪਦਾ ਇੱਕ ਰਿਸ਼ਤੇਦਾਰ ਮਾਰਤਾ ਇਹ ਤੋਂ ਗੱਲ ਜਦੋਂ ਹੁਣ ਬੜਾ ਫਰਕ ਹੈ ਵੀ ਉਹਨੇ ਇੱਕ ਰਿਸ਼ਤੇਦਾਰ ਮਾਰਤਾ ਇੱਕ ਇਹ ਕਹਿਣਾ ਉਹਨੇ ਤਾਂ ਆਪਦਾ ਕੋਈ ਰਿਸ਼ਤੇਦਾਰ ਛੱਡਿਆ ਹੀ ਨਹੀਂ ਜਿਹਦਾ ਮਤਲਬ ਜੇ ਇਹ ਛੱਡਤਾ ਤਾਂ ਕੋਈ ਗੜਬੜ ਹੈ ਅਤੇ ਫਿਰ ਕਿੰਨੇ ਫਜ਼ੂਲ ਵੀ ਇਹ 1990 'ਚ ਕਿਵੇਂ ਇੱਥੇ ਆ ਗਿਆ ਫਿਰ ਕਿਵੇਂ ਅਮੀਰ ਹੋ ਗਿਆ ਇਹਨਾਂ ਗੱਲਾਂ ਦਾ ਮਤਲਬ ਕੋਈ ਅਧਾਰ ਇਕੱਲਾ ਇਕੱਲਾ ਪ੍ਰਿਤਪਾਲ ਗਿਆ ਉੱਥੇ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ 'ਚ ਬੰਦੇ ਲਹਿਰ ਦੇ ਵਿੱਚੋਂ ਗਏ ਨੇ ਮਤਲਬ ਉੱਥੇ ਅਤੇ ਉੱਥੇ ਜਾ ਕੇ ਕੰਮ ਕੀਤੇ ਉਹਨਾਂ ਨੇ ਅਤੇ ਹੁਣ ਮਤਲਬ ਉਹਦਾ ਪੈਸਾ ਕਿਵੇਂ ਬਣ ਗਿਆ ਕਿਸੇ ਵੀ ਚੀਜ਼ ਬਾਰੇ ਸ਼ੱਕ ਖੜਾ ਕਰਦੇ ਬੰਦੇ ਨੂੰ ਇਹ ਅਨਐਥੀਕਲ ਹੈ ਇੱਥੇ ਮੈਂ ਕਹਿਣਾ ਮਤਲਬ ਹਾਲਾਂਕਿ ਮੇਰੇ ਉਸ ਬੰਦੇ ਨਾਲ ਬਹੁਤ ਚੰਗੇ ਸੰਬੰਧ ਹੈ ਹੁਣ ਵੀ ਜਦੋਂ ਜਾਊਂਗਾ ਮਿਲੂੰਗਾ ਇਹ ਕੁਛ ਉਹਨੇ ਕਰਨ ਤੋਂ ਪਹਿਲਾਂ ਇੱਕ ਘੰਟਾ ਮੇਰੇ ਨਾਲ ਫੋਨ 'ਤੇ ਵੀ ਗੱਲ ਕੀਤੀ ਸੀ ਮੈਂ ਉਦੋਂ ਉਹਨੂੰ ਵੀ ਉਹਨੂੰ ਕਿਹਾ ਸੀ ਵੀ ਇਹ ਗਲਤ ਸੋਚ ਰਿਹਾ ਇਹ ਕੋਈ ਤਰੀਕਾ ਵੀ ਜੋ ਸੈਣੀ ਦਾ ਰਿਸ਼ਤੇਦਾਰ ਹੈ ਉਹਦੇ ਭਰਾ ਦੀ ਪ੍ਰਮੋਸ਼ਨ ਹੋ ਗਈ ਦੂਰਦਰਸ਼ਨ 'ਚ ਵੀ ਇਹਨਾਂ ਗੱਲਾਂ ਦੇ ਆਧਾਰ 'ਤੇ ਤੁਸੀਂ ਥੋੜ੍ਹਾ ਬੰਦਿਆਂ ਨੂੰ ਮਤਲਬ ਕਰੋਗੇ ਇਹ ਹੈ ਮੈਂ ਜਿੱਥੇ ਗੱਲ ਸੀ ਨਾ ਵੀ ਜਦੋਂ ਤੁਸੀਂ ਲੜਨਾ ਹੈ ਤਾਂ ਤੁਸੀਂ ਸੱਚਾਈ 'ਤੇ ਪਹਿਰਾ ਦੇਣਾ ਐਥਿਕਸ ਸਦਾਚਾਰ ਜੇ ਸਦਾਚਾਰ ਹੀ ਛੱਡਤਾ ਹੁਣ ਇੱਥੇ ਤਾਂ ਮੈਨੂੰ ਤੱਥਾਂ ਦਾ ਪਤਾ ਹੈ ਵੀ ਗਿਣ ਮਿੱਥ ਕੇ ਪਲੈਨ ਕਰਕੇ ਝੂਠ ਬੋਲਿਆ ਵੀ ਕਿਹੜਾ ਬੰਦੇ ਨੂੰ ਰਗੜ ਦਿਓ ਅੱਛਾ ਇੱਥੇ ਜਿਹੜੇ ਬੰਦੇ ਸੀਗੇ ਕੁਛ ਦੀਪ ਸਿੱਧੂ ਦੇ ਵਿਰੋਧੀ ਮਤਲਬ ਕਿੱਥੇ ਜਾ ਕੇ ਦੀਪ ਸਿੱਧੂ ਨਾਲ ਤੰਦ ਜੋੜਤੀ ਜੀ ਗੱਲ ਨਾ ਬਾਤ ਹੁਣ ਜਿਹਨਾਂ ਦੇ ਇੱਥੇ ਇੰਟਰਸਟ ਸੀਗਾ ਉਹ ਚੱਲ ਪਏ ਉਹਨਾਂ ਨੂੰ ਬਹਾਨਾ ਦੇ ਤਾ ਅਤੇ ਬੜਾ ਸੋਹਣਾ ਉਹਨਾਂ ਦਾ ਕੰਮ ਬਣ ਗਿਆ ਵੀ ਤੋਏ ਤੋਏ ਕਰਤੀ ਕਿਹੜਾ ਸਾਰੇ ਅੱਛਾ ਮੁੜ ਕੇ ਤੁਸੀਂ ਦੇਖੋ ਵੀ ਉਹ ਬੰਦੇ ਜਿਹੜੀ ਕਮੇਟੀ ਹੈ ਜਿਹੜੀ ਸਿੱਖ ਕੌਕਸ ਨੂੰ ਸਪੋਰਟ ਕਰਨ ਵਾਲੀ ਉਹ ਕਹਿ ਰਹੀ ਹੈ ਸਾਡੇ ਨਾਲ ਬਹਿਸ ਕਰ ਪੀਟਰ ਫਰੈਡਰਿਕ ਇਹ ਤਾਂ ਹੁਣ ਫਰਜ਼ ਤਾਂ ਇਹ ਬਣਦਾ ਨਾ ਤੂੰ ਐਡੇ ਵੱਡੇ ਐਡੇ ਸੀਰੀਅਸ ਦੋਸ਼ ਲਾ ਦੋਸ਼ ਲੈ ਅਤੇ ਉਹ ਕਹਿ ਰਹੇ ਨਾ ਸਾਡੇ ਨਾਲ ਬਹਿਸ ਕਰ ਓਪਨ ਪਬਲਿਕ ਬਿਲਕੁਲ ਘੇਸਲ ਮਾਰ ਗਿਆ ਨਾ ਹਾਂ ਨਾ ਇਹ ਰਵੱਈਆ ਕੀ ਹੋਇਆ ਸੋ ਇਹ ਜਿਹੜਾ ਹੈਗਾ ਨਾ ਵੀ ਝੂਠ ਆਸਰੇ ਤੁਸੀਂ ਕਹੋ ਵੀ ਅਸੀਂ ਕੁਛ ਹਾਸਲ ਕਰ ਲਾਂਗੇ ਇਹ ਸੈਲਫ ਡਿਸਟਰਪਸ਼ਨ ਦਾ ਰਾਹ ਤੁਸੀਂ ਆਪ ਤਬਾਹ ਹੋ ਗਏ ਬੰਦੇ ਹੋ ਰਹੇ ਜਿਹੜੇ ਬੰਦੇ ਇਸ ਤਰ੍ਹਾਂ ਦਾ ਝੂਠ ਬੋਲਣਗੇ ਦੂਜੇ ਦਾ ਨਹੀਂ ਨੁਕਸਾਨ ਦੂਜੇ ਨੂੰ ਵਕਤੀ ਤੌਰ 'ਤੇ ਪ੍ਰੋਬਲਮ ਜਿਹੜੀ ਕਰਦੇ ਨੇ ਸੋ ਮੇਰਾ ਜਿਹੜਾ ਉਹ ਗੱਲ ਸੀ ਚਿੱਠੀਆਂ ਵਾਲੀ ਗੱਲ 'ਤੇ ਕੋਈ ਅਕਾਲੀਆਂ ਨੂੰ ਬਰੀ ਕਰਨ ਦੀ ਜਾਂ ਦੋਸ਼ ਮੁਕਤ ਕਰਨ ਦੀ ਗੱਲ ਨਹੀਂ ਸੀ ਗੱਲ ਪ੍ਰਿੰਸੀਪਲ ਦੀ ਸੀ ਕਿ ਦੋਸ਼ ਜਿਹੜਾ ਹੈ ਉਹੀ ਲਾਓ ਅਤੇ ਜਿਹੜਾ ਦੋਸ਼ ਨਹੀਂ ਝੂਠਾ ਉਹ ਦੋਸ਼ ਨਾ ਲਾਓ ਜੇ ਉਹ ਲਾਓਗੇ ਤਾਂ ਉਹਦੇ ਨਾਲ ਗੜਬੜ ਹੋ ਪਰ ਬੰਦੇ 'ਚ ਇਹ ਟੈਂਪਟੇਸ਼ਨ ਹੁੰਦੀ ਹੈ ਨਫ਼ਰਤ 'ਚੋਂ ਦੂਜੇ ਪ੍ਰਤੀ ਆਹ ਹੁਣ ਪਿਆਰੇ ਲਾਲ ਗਰਗ ਬੋਲਿਆ ਨਾ ਡਾਕਟਰ ਪਿਆਰੇ ਲਾਲ ਗਰਗ ਇੱਥੇ 5 ਜੂਨ ਨੂੰ ਹਾਲਾਂਕਿ ਅਫਸੋਸ ਦੀ ਗੱਲ ਇਹ ਹੈ ਵੀ ਸਿੱਖ ਸਟੇਜ 'ਤੇ ਕੇਂਦਰੀ ਸਿੰਘ ਸਭਾ ਦੇ ਹੁਣ ਉੱਥੇ ਜਿਹੜਾ ਬੋਲਿਆ ਵੀ ਮੈਂ ਮੰਜੀ ਸਾਹਿਬ 'ਤੇ ਜਦੋਂ ਬੁੱਧੀਜੀਵੀ ਕਨਵੈਨਸ਼ਨ ਹੋਈ ਮੈਂ ਵੀ ਗਿਆ ਸੀ ਉੱਥੇ ਪਹਿਲਾਂ ਸੰਤ ਲੌਂਗੋਵਾਲ ਬੋਲਿਆ ਉਹਨੇ ਸਾਂਝੀਵਾਲਤਾ ਦੀ ਗੱਲ ਕੀਤੀ ਸੰਤ ਭਿੰਡਰਾਂ ਵਾਲਾ ਉਹਨੇ ਇੰਨੇ ਮਸ਼ਖਰਿਆਂ ਨੂੰ ਮਤਲਬ ਸੰਤ ਭਿੰਡਰਾਂ ਵਾਲੇ ਦੀ ਗੱਲ ਕੀਤੀ ਨਾ ਉਹ ਜਿਹੜੀਆਂ ਗੱਲਾਂ ਕਹਿ ਰਿਹਾ ਵੀ ਸੰਤਾਂ ਨੇ ਕਿਹਾ 35-35 ਮਾਰ ਦਿਓ ਜੇ ਮੈਂ ਸ਼ਰਤ ਲਾਉਣਾ ਉਹ ਪ੍ਰੂਵ ਕਰਕੇ ਦਿਖਾਵੇ ਵੀ ਉਦਣ ਦੀ ਸਪੀਚ ਸੰਤਾਂ ਨੇ ਇਹ ਗੱਲ ਕਹੀ ਹੁਣ ਇਹ ਬਿਲਕੁਲ ਝੂਠ ਜਦੋਂ ਬੰਦਾ ਇਹਨਾਂ ਝੂਠਾ ਕਿਉਂਕਿ ਨਫ਼ਰਤ ਹੈ ਅੰਦਰ ਸੰਤ ਪ੍ਰਤੀ ਉਹ ਝੂਠ ਬੋਲ ਰਿਹਾ ਬੰਦਾ ਸੋ ਇਹ ਜਦੋਂ ਅਸੀਂ ਰਾਹ ਖੋਲ੍ਹ ਦਿਆਂਗੇ ਇਹਨਾਂ ਲੋਕਾਂ ਨੂੰ ਨਾ ਫਿਰ ਤਾਂ ਇਹ ਇਸ ਤਰ੍ਹਾਂ ਚੱਲੂਗਾ ਹੁਣ ਕਿੱਥੇ ਕਿੱਥੇ ਤੁਸੀਂ ਸਫਾਈਆਂ ਦਿੰਦੇ ਰਹੋਗੇ ਜਾ ਕੇ ਸਾਨੂੰ ਆਪਸੀ ਵਿਰੋਧ ਤੋਂ ਬਚਣਾ ਚਾਹੀਦਾ ਨਹੀਂ ਵਿਰੋਧ ਲੜੇ ਜਾਣ
सच्चाई ते खड़ के असूलों ते खड़ के एथिक्स ते खड़ के विरोधा तो बच नहीं सकता पर उचित तरीका वो नहीं होना चाहिए दुश्मन लिए बिल्कुल ईवन दुश्मन दुश्मन नाल भी आना एथिकल नहीं होना चाहिए सिख तो सिखा ने उदो जित जित के दिखाइया सच ते खड़ के तो जदों के झूठ ते करन लगे हैं वो जित्ता नहीं होने सो जिहड़े बंदे शहीद होए इहदे बंदे तो शहीद नहीं होया जाता होंदा इन्हें झूठे जिन्हें सब कुछ करवाया मैनू मतलब इना दुख नहीं होया ना हैरानी हुई मैं चंगी तरह जान हूँ राजविंदर बैंस का मतलब मेरे मुताबिक है भी बड़ा नेक बंदा जिदे नाल भी बैठ के गल्लां करन जी करता चंगा लगता उहदे नाल बह के ते सियाणा भी है सुलझा है मतलब उन्हें जो ये गल्लां कीतियां मैं तो हैरान रह गया हुण उत्थे गल पता है की है उत्थे थॉट प्रोसैस की गड़बड़ जिहड़ा राजविंदर बैंस का नाम है उहनूं आपदी गल इन्नी ठीक लगती है इन्नी ठीक ओह मतलब उन्होंने लगता नहीं भी कोई गल गलत भी हो सकती है उन्होंने ये जच गया भी जो ह्यूमन राइट्स का मामला इदू उत्ते कोई चीज़ नहीं बस ये जोर लगना चाहिए जोड़ा भी कोई थोड़ा एक्ट ह्यूमन राइट्स के फ्रंट से थोड़ी लड़ाई हार्म करता है वह गलत नहीं करना वो दुश्मन वालों करवाया जा रहा है क्योंकि उन्हें उत्थे है भी फिर वो गर्म गर्म जो नारे हूँ राजविंदर बैंस मुताबिक है भी खालिस्तान की गल करना अज दुश्मन के हाथों एक नहंग प्रमोट कर रहा है धर्म सिंह कहता भी जोड़ा राज वास्ते लड़ता जालम है क्योंकि राज होंगे जालम करने वास्ते मतलब किडे सिद्धड़ फार्मूले जिदा मतलब बाबा बंदा सिंह बहादुर अपना महाराज या फिर सिख की निर्मले साध बन जा भी राज नहीं सानू चाहिए ऊँ असी ठीक है जुलम का विरोध करा जुलम हो ही जाए तो विरोध करी जाना लॉजिक है जो तुम जुलम ठल पानी है तो राज खत्म करना पो तो जगह सच से राज कायम करना पो अ गल प्रचारियां जा रही है, ठीक मनिया जा रही है। एक क्योंकि आपकी गल मन च कोई पक्की धारना बनी तो फिर वो राजविंदर बैंस ने तो मैं बहुत अफसोस होया भी वह जिमें हालांकि वह तजर्बा है वो जिहड़ियां स्टेट दियां थ्योरियां पुलिस दियां थ्योरियां कोर्ट्स जाके मतलब उन्हां दियां धज्जियां उड़ाउंदा ना भी यार कोई गल हुई भी इतों आ हट ली भी आशासित किवें बनाउंदे एग्जैक्टली इन्हें आया बोला भी एक उत्थे हरदेव सिंह बैठा जी फरी माउंट हुण वो इन्ना भला मानस बंदा इंजीनियर है ना ओदी गल फड़ ली फिर ओ देखो वह तो मैं हैरान ही हो गया जो मैं आ देखा वो टोटल जिमें एक पुलिस वाले का माइंड वर्क करता है मतलब उस तरह गल पर गुरमीत सिंह औलख सलाह रहे गुरमीत सिंह औलख में इन्ना की लगाव है ना जनाब गुरमीत सिंह औलख ना कोई लगाव नहीं प्रितपाल सिंह हारन पहुँचाने वास्ते गुरमीत सिंह औलख का नाम इस्तेमाल हो गुरमीत सिंह औलख में मैं मिलया हो अपार्टमेंट च जाके वाशिंगटन बड़िया दो तीन घंटे उन्होंने गल्ला बातें हो मतलब उन्हें ठीक है एक बड़ा कमेंडेबल काम किया उस मौके के उत्ते भी उन्हें जो सैनेट मैंबर या कांग्रेसमैन लॉबिंग की तो कुछ मते मूव करवाए पास कोई नहीं हो हुण बंदे नूं यही नहीं पता मूव होना होर गल है भी तुसीं दो बंदे तैयार कर ले उन्होंने उत्थे मता रखता और रद्द हो गया उन्हें उन्होंने वॉल्यूम बड़े छापते भी मैं आ मते रखाए उत्थे चलो ये भी एक सेवा ही है तो चलो ठीक है नाले वो समा होर सी जिहड़ा वह समा ना गुरमीत औलख जो ये कर गया उदों हजे इंडिया प्रति जी यू एस एडमिनिस्ट्रेशन की पॉलिसी सी वो होर सी उदों तो वह काफ़ी दूर तक भी गए उन्होंने बड़ी मदद की थी। हाँ ह्यूमन राइट्स के फ्रंट के उत्ते गलों ने बहुत मदद की तो समा होर सी समा बदल गया सो गुरमीत सिंह औलख मतलब गुरमीत सिंह औलख में चंगी तरह जानता मतलब उन्हें काम किया पर इन्ना इंडिविजुअलिस्टिक से उन्हें कदे भी वह कोई जथेबंदी बना ले स्ट्रक्चर खड़ा कर ले कला बस तो हर एक भी वह भी एजेंसियों का बंदा वह भी एजेंसियों का वह भी एजेंसियों का ये बीमारी तो मतलब बड़ी पुरानी है उस तरह चली जा रही
ਸੋ ਮੈਨੂੰ ਇਹ ਹੈ ਵੀ ਇਹਦੇ 'ਚ ਤਾਂ ਅਸੀਂ ਬਹੁਤ ਹੀ ਕਮਜ਼ੋਰ ਹੋ ਜਾਵਾਂਗੇ ਜਦੋਂ ਇੰਨਾ ਸ਼ੱਕ ਇੰਨੀ ਬੇਵਿਸ਼ਵਾਸੀ। ਫਿਰ ਤਾਂ ਇਹ ਵੀ ਐਡਾ ਤਾਣਾ ਬਾਣਾ ਏਜੰਸੀਆਂ ਦਾ ਹੋਰ ਤਾਂ ਕੋਈ ਕੰਮ ਹੀ ਨਹੀਂ ਰਹਿ ਗਿਆ, ਕੋਈ ਲੋੜ ਨਹੀਂ ਉਹਨਾਂ ਨੂੰ ਏਜੰਸੀਆਂ ਨੂੰ, ਜਦੋਂ ਤੁਹਾਡੀ ਹਾਲਤ ਇਹ ਆਪ ਹੀ ਕੰਮ ਕਰੀ ਜਾਂਦੇ ਸਾਰੇ ਬੰਦੇ ਨਾ, ਆਪਸੀ ਵਿਰੋਧਾਂ 'ਚੋਂ, ਆਪਸੀ ਖੁੰਦਕਾਂ 'ਚੋਂ, ਆਪਸੀ ਸਾੜਿਆਂ 'ਚੋਂ। ਸੋ ਗੱਲ ਤਾਂ ਉੱਥੇ ਫਰਕ ਪਾਉਣ ਦੀ ਲੋੜ ਹੈ ਵੀ ਇੱਥੋਂ ਉੱਠੋ। ਅਤੇ ਇਹ ਬਹੁਤ ਹੀ ਅਫਸੋਸਨਾਕ ਗੱਲ ਹੈ, ਤੁਸੀਂ ਦੇਖੋ ਹਾਲਾਤ ਕੀ ਬਣ ਰਹੇ ਆਪਣਾ ਅਫਗਾਨਿਸਤਾਨ 'ਚ, ਦੇਖਿਆ ਦਿਨਾਂ 'ਚ ਹਾਲਤ ਕਿਵੇਂ ਟਰਨ ਹੋਈ। ਐਂ ਹੁੰਦਾ ਦਿਨਾਂ 'ਚ ਜਿਹੜੀਆਂ ਬਾਦਸ਼ਾਹੀਆਂ ਜਾਂ ਸਲਤਨਤਾਂ ਐਂ ਤਾਸ਼ ਦੇ ਪੱਤਿਆਂ ਨੂੰ ਜਾਂਦੀਆਂ, ਪਰ ਕੋਈ ਹੈ ਸੰਭਾਲਣ ਵਾਲਾ? ਉਹ ਸੀਗੇ ਅਗਲੇ 20 ਸਾਲ ਡਟੇ ਰਹੇ, ਲੜੇ ਅਤੇ ਆਪਦੀ ਤਾਕਤ ਜੋੜੀ, ਅਖੀਰ ਨੂੰ ਉਹਨਾਂ ਨੇ ਰਾਜਭਾਗ ਲੈ ਲਿਆ। ਇਹੋ ਜਿਹੀ ਹਾਲਤ ਤੁਸੀਂ ਰਾਜਭਾਗ ਤੁਹਾਨੂੰ ਮਿਲ ਖਿੰਡ ਵੀ ਜਾਵੇ ਸਭ ਕੁਛ ਲੈ ਲਓਗੇ। ਸੋ ਇਹ ਗੱਲਾਂ ਮੈਂ ਤਾਂ ਇੱਥੇ ਲਿਆ ਰਹੇ ਹਾਂ ਆਪਾਂ ਵੀ ਯਾਰ ਤੁਸੀਂ ਇੱਕ ਦ੍ਰਿਸ਼ਟੀ ਜਿੰਨਾ ਚਿਰ ਠੀਕ ਨਹੀਂ ਅਪਣਾ ਕੇ ਚੱਲੋਗੇ ਨਾ ਗੱਲਾਂ ਪ੍ਰਤੀ, ਅਤੇ ਗੱਲਾਂ ਨੂੰ ਇੱਕ ਵੱਡੇ ਫਰੇਮ 'ਚ ਰੱਖ ਕੇ ਨਹੀਂ ਦੇਖਣ ਲੱਗਾਂਗੇ, ਸਾਥੋਂ ਉਹ ਤਾਕਤ ਵੀ ਨਹੀਂ ਜੁੜਨੀ, ਇੱਕ ਫੋਰਸ ਵੀ ਨਹੀਂ ਪੈਦਾ ਹੋਣੀ ਜਿਹਨੇ ਉਹ ਸਿਚੁਏਸ਼ਨ ਸੰਭਾਲਣੀ ਹੈ ਕਿਸੇ ਮੌਕੇ ਆ ਕੇ। ਇਹ ਤਾਂ ਬਿਲਕੁਲ ਹੀ ਆਪਦੀਆਂ ਛੋਟੀਆਂ ਅਤੇ ਜਾਤੀ ਲੜਾਈਆਂ 'ਚ ਇੰਨਾ ਉਲਝ ਜਾਣਾ। ਉਹ ਭਾਈ ਦਲਜੀਤ ਸਿੰਘ ਬਟੋਆ ਵੀ ਤਾਂ ਹੀ ਗੱਲ ਮੈਂ ਉਦੋਂ ਕੀਤੀ ਸੀ ਵੀ ਉਹਦੇ ਬੰਦੇ ਇੱਕ ਬਿਲਕੁਲ ਹੀ ਜਾਤੀ ਵਿਰੋਧਾਂ ਦੇ ਵਿੱਚੋਂ ਛੱਪ ਕੇ, ਮਤਲਬ ਜਿੱਡਾ ਵੱਡਾ ਮਰਜ਼ੀ ਦੋਸ਼ ਲਾ ਦੇ ਕੋਈ ਕਿਸੇ 'ਤੇ, ਕੋਈ ਗੱਲ ਹੀ ਨਹੀਂ, ਕੋਈ ਸਬੂਤ ਦੇਣ ਦੀ ਕੋਈ ਲੋੜ ਹੀ ਨਹੀਂ, ਬਸ ਦੋਸ਼ ਲਾਤਾ ਲਾਤਾ। ਸੋ ਇਹ ਇੱਕ ਸਿੱਖ ਕੌਕਸ ਵਾਲਾ ਜਿਹੜੀ ਉਦਾਹਰਣ ਹੈ, ਇਹ ਕਲਾਸੀਕਲ ਮੈਂ ਤਾਂ ਕਹਿਣਾ ਵੀ ਮੈਂ ਸਾਰੇ ਕੁਛ ਤੋਂ ਵਾਕਫ, ਮੈਨੂੰ ਪਤਾ ਵੀ ਬਿਲਕੁਲ ਘੜ ਕੇ ਝੂਠ ਬੋਲਿਆ, ਘੜ ਕੇ ਇਸ ਕਰਕੇ ਬਹਿਸ ਤੋਂ ਭੱਜੇ ਨੇ। ਹੁਣ ਤੁਸੀਂ ਦੇਖੋ ਇਹ ਕੀ ਸਿੱਖ ਕਰਦਾਰ ਹੋਏ, ਮੈਂ ਦੁੱਖ ਵੀ ਹੁੰਦਾ ਇਸ ਗੱਲ ਨੂੰ, ਪਰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਠੀਕ ਬੰਦਿਆਂ ਨੂੰ। ਜੇ ਅਸੀਂ ਅਸੀਂ ਇਹਨੂੰ ਅਣਚੈਲ ਜਾਣ ਦਿੱਤਾ, ਇਹਦਾ ਨੁਕਸਾਨ ਅੱਗੇ ਬਹੁਤ ਕਰਤਾ ਅਤੇ ਹੋਰ ਬੜਾ ਹੋਣਾ, ਤਾਂ ਕਿਸੇ ਨੂੰ ਵੀ ਕੰਮ ਕਰਨ ਦੇਣਾ ਹੀ ਨਹੀਂ ਬੰਦਿਆਂ ਨੇ। ਜੀ 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 ਹਾਂ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰੀ ਹੈ ਕਿ ਕਿਸੇ ਵੀ ਸੰਘਰਸ਼ ਕਰ ਰਹੀ ਧਿਰ ਦੇ ਲਈ ਜਿਹੜਾ ਉਹਦਾ ਨੈਤਿਕ ਪੱਖ ਹੈ ਅਤੇ ਜਿਹੜਾ ਸਦਾਚਾਰਕ ਮਸਲਾ ਉਹਦੀ ਕਿੰਨੀ ਅਹਿਮੀਅਤ ਹੁੰਦੀ ਹੈ ਅਤੇ ਇਖਲਾਕੀ ਤੌਰ ਦੇ ਉੱਤੇ ਵਿਚਰਦਿਆਂ ਹੋਇਆਂ ਕਿਸ ਤਰੀਕੇ ਦੇ ਨਾਲ ਜਿਹੜਾ ਸੰਘਰਸ਼ ਕੀਤਾ ਜਾ ਸਕਦਾ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਊਗੀ, ਅੱਗੇ ਲਈ ਵੀ ਇਹੋ ਜਿਹੇ ਪ੍ਰੋਗਰਾਮ ਜਿਹੜੇ ਹੈ ਉਹ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਸਾਨੂੰ ਦਿਓ ਜਾਇਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।